ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਚੰਨੀ ਜੀ, ਹੋਪਫੁਲੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਣੀ ਹੋਵੇਗੀ। ਤੁਹਾਡੀ ਪਾਰਟੀ ਦੇ ਇੱਕ ਆਗੂ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ, ਇਸ ਕਰਕੇ ਤੁਹਾਡਾ ਸਭ ਤੋਂ ਪਹਿਲਾਂ ਪੱਖ ਜਾਣਨਾ ਜ਼ਰੂਰੀ ਸੀ। ਬਹੁਤ ਸਾਰੀਆਂ ਸਟੇਟਮੈਂਟ ਕਾਂਗਰਸ ਦੇ ਵੱਲੋਂ ਆਲਰੇਡੀ ਆ ਚੁੱਕੀਆਂ ਨੇ, ਬੀਜੇਪੀ ਦੀਆਂ ਵੀ ਕੁਝ ਸਟੇਟਮੈਂਟਸ ਆਈਆਂ ਨੇ, ਔਰ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅੱਖ ਚੁੱਕ ਕੇ ਨਹੀਂ ਦੇਖ ਸਕਦਾ ਕੋਈ, ਅਸੀਂ ਚੂੜੀਆਂ ਨਹੀਂ ਪਾਈਆਂ ਹੋਈਆਂ। ਖੈਰ ਅੱਗੇ ਤੋਂ ਅੱਗੇ ਗੱਲ ਵੱਧ ਰਹੀ ਹੈ, ਪਹਿਲਾਂ ਮੈਂ ਜਾਣਨਾ ਚਾਹਾਂਗਾ ਕਿ ਬੀਜੇਪੀ ਦਾ ਕੀ ਸਟੈਂਡ ਹੈ ਤਰਵਿੰਦਰ ਸਿੰਘ ਮਰਵਾ ਦੀ ਸਟੇਟਮੈਂਟ ਦੇ ਉੱਤੇ। ਗੌਰਵ ਜੀ, ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਦਾ ਸੰਬੰਧ ਹੈ ਜੀ, ਇਹ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਦੀ ਹੈ, ਡੈਮੋਕਰੈਟਿਕ ਵੈਲਿਊਜ਼ ਵਿੱਚ ਵਿਸ਼ਵਾਸ ਰੱਖਦੀ ਹੈ, ਔਰ ਜਿਹੜੀ ਸਾਡੀ ਅਹਿੰਸਾ ਦੀ ਪਾਲਿਸੀ ਹੈ ਸਾਡੇ ਸਮੁੱਚੇ ਦੇਸ਼ ਦੀ ਉਹਦੇ ਵਿੱਚ ਪੂਰਾ ਵਿਸ਼ਵਾਸ ਰੱਖਦੀ ਹੈ। ਅਸੀਂ ਕਿਸੇ ਵੀ ਹਿੰਸਕ ਕਾਰਵਾਈ ਦਾ ਡਟ ਕੇ ਵਿਰੋਧ ਕਰਦੇ ਹਾਂ, ਕੋਈ ਅਸੀਂ ਉਹਨੂੰ ਸਟਰੈਂਥਨ ਨਹੀਂ ਕਰਦੇ, ਕੋਈ ਸਪੋਰਟ ਨਹੀਂ ਦਿੰਦੇ, ਕੋਈ ਅਸੀਂ ਉਸਦੇ ਹਾਮੀ ਨਹੀਂ। ਠੀਕ ਹੈ, ਜਿਹੜੀ ਇਹ ਸਟੇਟਮੈਂਟ ਤਰਵਿੰਦਰ ਮਰਵਾਹਾ ਜੀ ਨੇ ਦਿੱਤੀ ਹੈ ਇਹਨੂੰ ਅਸੀਂ ਕੰਡੈਮ ਕਰਦੇ ਹਾਂ, ਔਰ ਇਹ ਪਾਰਟੀ ਦੀ ਕੋਈ ਵਿਚਾਰਧਾਰਾ ਦੇ ਨਾਲ ਮੇਲ ਨਹੀਂ ਖਾਂਦੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਪੂਰੀ ਤਾਕੀਦ ਕੀਤੀ ਜਾਏਗੀ ਕਿ ਇਹੋ ਜਿਹੜੇ ਬਿਆਨ ਹੈਗੇ ਨੇ ਉਹਨਾਂ ਤੋਂ ਗੁਰੇਜ਼ ਕਰਨ। ਔਰ ਇਹਦੇ ਨਾਲ ਨਾਲ ਮੈਂ ਇਹ ਵੀ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਦੇ ਬਿਆਨ, ਹੁਣ ਤੁਸੀਂ ਰਾਹੁਲ ਗਾਂਧੀ ਜੀ ਨੂੰ ਲੈ ਲਓ, ਚਾਹੇ ਤੁਸੀਂ ਰਾਹੁਲ ਗਾਂਧੀ ਜੀ ਨੂੰ ਲੈ ਲਓ, ਚਾਹੇ ਤੁਸੀਂ ਈਵਨ ਕੇਜਰੀਵਾਲ ਨੂੰ ਲੈ ਲਓ ਜੀ, ਇਹ ਕੀ ਕਰਦੇ ਨੇ ਕਿ ਜਿੱਥੇ ਇਹਨਾਂ ਨੂੰ ਇਮਿਊਨਿਟੀ ਹੈਗੀ ਹੈ ਵੀ ਕੋਈ ਵੀ ਬਿਆਨ ਦੇ ਦਿਓ, ਉਹ ਦੋ ਜਗ੍ਹਾ ਇਮਿਊਨਿਟੀ ਹੈ, ਇੱਕ ਤਾਂ ਹੈਗੀ ਹੈ ਵਿਦਨ ਦੀ ਅਸੈਂਬਲੀ ਔਰ ਪਾਰਲੀਮੈਂਟ, ਜੋ ਮਰਜ਼ੀ ਕਹਿ ਦਿਓ ਉਹਦਾ ਕੋਈ ਨੋਟਿਸ ਨਹੀਂ ਲੈ ਸਕਦਾ, ਉਹਦੇ 'ਤੇ ਕੋਈ ਲੀਗਲ ਕਾਰਵਾਈ ਨਹੀਂ ਹੋ ਸਕਦੀ, ਉਹ ਸਾਡਾ ਕਾਨੂੰਨ ਸੰਵਿਧਾਨ ਕਹਿੰਦਾ ਇਮਿਊਨਿਟੀ ਹੈ ਉਹਦੇ ਵਿੱਚ ਵੀ ਕਿਸੇ ਕੋਰਟ ਤੁਸੀਂ ਚੈਲੇਂਜ ਨਹੀਂ ਕਰ ਸਕਦੇ। ਤੇ ਦੂਜੀ ਇਮਿਊਨਿਟੀ ਹੈਗੀ ਹੈ ਕੋਈ ਵੀ ਫੋਰਨ ਲੈਂਡ, ਕਿਉਂਕਿ ਉੱਥੇ ਵੀ ਸਾਡਾ ਕੋਈ ਸੰਵਿਧਾਨ ਜਾਂ ਕਾਨੂੰਨ ਲਾਗੂ ਨਹੀਂ ਹੁੰਦਾ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਲੀਡਰ ਨੇ ਇਹਨਾਂ ਨੂੰ ਤੁਸੀਂ ਦੇਖੋ, ਰਾਹੁਲ ਗਾਂਧੀ ਜੀ ਨੇ ਜੋ ਬਿਆਨ ਦਿੱਤਾ ਜੀ, ਉਹਦੀ ਕੋਈ ਵਜ੍ਹਾ ਹੈਗੀ ਹੈ ਪੰਜਾਬ ਦੇ ਵਿੱਚ? ਕਿਸੇ ਸਿੱਖ ਨੂੰ ਕੋਈ ਪ੍ਰੋਬਲਮ ਹੈ ਗੁਰਦੁਆਰਾ ਜਾਣ ਦੇ ਵਿੱਚ? ਕਿਸੇ ਸਿੱਖ ਨੂੰ ਕੋਈ ਪਗੜੀ ਬੰਨਣ ਦੀ ਪ੍ਰੋਬਲਮ ਹੈ? ਕਿਸੇ ਸਿੱਖ ਨੂੰ ਕੋਈ ਕੜਾ ਪਾਉਣ ਦੀ ਪ੍ਰੋਬਲਮ ਹੈ? ਇਹ ਤਾਂ ਜਦੋਂ ਇਹਨਾਂ ਨੇ ਪਦ ਯਾਤਰਾ ਕੀਤੀ ਉਦੋਂ ਆਪ ਵੀ ਆਪਣੀ ਪਗੜੀ ਬੰਨੀ ਹੋਈ ਸੀ ਕੇਸਰੀ ਰੰਗ ਦੀ, ਤੇ ਆਪਣੀ ਦਾੜੀ ਵੀ ਇਹਨਾਂ ਦੀ ਵਧੀ ਹੋਈ ਸੀਗੀ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਲੀਡਰ ਨੇ ਇਹਨਾਂ ਸਾਰਿਆਂ ਨੂੰ ਬਹੁਤ, ਦੇਖੋ ਇਲੈਕਸ਼ਨ ਲੜ ਕੇ MLA MP ਬਣਨਾ ਹੋਰ ਗੱਲ, ਇੱਕ ਮੈਚਿਓਰ ਲੀਡਰ ਬਣਨਾ ਉਹ ਬੜੀ ਡਿਫਰੈਂਟ ਗੱਲ। ਠੀਕ ਹੈ, ਮੈਂ ਇਹ ਕਹਾਂਗਾ ਕਿ ਚਾਹੇ ਕੋਈ MP ਹੈ, ਚਾਹੇ MLA ਹੈ, ਚਾਹੇ ਲੀਡਰ ਆਫ ਦੀ ਆਪੋਜੀਸ਼ਨ ਹੈ, ਉਹਨਾਂ ਨੂੰ ਜਿਹੜੇ ਬਿਆਨਾਂ ਦੀ ਕੋਈ ਵਜ੍ਹਾ ਨਹੀਂ ਹੈਗੀ, ਕੋਈ ਬੈਕਗਰਾਊਂਡ ਨਹੀਂ ਹੈਗੀ, ਉਹ ਜੇ ਕੋਈ ਹਾਲਾਤ ਨਹੀਂ ਹੈਗੇ, ਉਹ ਨਹੀਂ ਦੇਣੇ ਚਾਹੀਦੇ। ਔਰ ਖਾਸ ਕਰਕੇ ਵਿਦੇਸ਼ ਦੀ ਧਰਤੀ ਦੇ ਜੀ, ਜਿੱਥੇ ਤੁਸੀਂ ਅਸੀਂ ਆਪਣੇ ਹਰ, ਦੇਖੋ ਕਿਸੇ ਪਰਿਵਾਰ 'ਚ ਕੋਈ ਪ੍ਰੋਬਲਮ ਹੋ ਸਕਦੀ ਹੈ, ਕਿਸੇ ਦੇਸ਼ ਦੇ ਵਿੱਚ ਕੋਈ ਪ੍ਰੋਬਲਮ ਹੋ ਸਕਦੀ ਹੈ, ਜਿਹੜੇ ਬਾਹਰੋਂ ਸਾਡੇ ਲੀਡਰ ਆਉਂਦੇ ਨੇ, ਕੀ ਉਹ ਆਪਣੇ ਮੁਲਕ ਦਾ ਜਲੂਸ ਕੱਢਦੇ ਆ? ਕੀ ਉਹ ਉਹਨੂੰ ਆਪਣੇ ਮੁਲਕ ਨੂੰ ਐਕਸਪੋਜ਼ ਕਰਦੇ ਆ? ਕੀ ਉਹ ਆਪਣੇ ਮੁਲਕ ਦੀਆਂ ਸਾਰੀਆਂ ਚੰਗੀਆਂ ਮਾੜੀਆਂ ਗੱਲਾਂ ਕਰਦੇ ਨੇ? ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਵੀ ਕੋਈ ਗੱਲ ਸਮੱਸਿਆ ਹੈਗੀ ਹੈ, ਤੁਸੀਂ ਬਹੁਤ ਵੱਡੀ ਜ਼ਿੰਮੇਵਾਰੀ ਹੈ ਰਾਹੁਲ ਗਾਂਧੀ ਜੀ ਕੋਲ, ਤੁਸੀਂ ਆਪਣੇ ਪਾਰਲੀਮੈਂਟ 'ਚ ਗੱਲ ਕਰੋ। ਤੁਸੀਂ ਮੈਂ ਤੁਹਾਡੇ ਬਿਆਨ ਤੋਂ ਇਹ ਸਮਝ ਪਾ ਰਿਹਾ ਕਿ ਰਾਹੁਲ ਗਾਂਧੀ ਜੇਕਰ ਉਹ ਸਟੇਟਮੈਂਟ ਨਾ ਦਿੰਦੇ ਤਾਂ ਤੁਹਾਨੂੰ ਲੱਗ ਰਿਹਾ ਕਿ ਦਿੱਲੀ ਦੇ ਵਿੱਚ ਨਾ ਤਾਂ ਪ੍ਰਦਰਸ਼ਨ ਹੁੰਦਾ ਤੇ ਨਾ ਇਸ ਤਰੀਕੇ ਦੀ ਕੋਈ ਸਟੇਟਮੈਂਟ ਦਿੱਤੀ ਜਾਂਦੀ। ਬੇਸਿਕਲੀ ਤੁਸੀਂ ਐਕਸ਼ਨ ਰਿਐਕਸ਼ਨ ਦੀ ਗੱਲ ਕਰ ਰਹੇ ਹੋ, ਬੜਾ ਵੱਡਾ ਲਿੰਕ ਹੈ ਉਹਦੇ ਵਿੱਚ। ਮੈਂ ਇਹਨੂੰ ਵੀ ਕੰਡੈਮ ਕਰਦਾ,
ਔਰ ਜਿਹੜੀ ਰਾਹੁਲ ਗਾਂਧੀ ਜੀ ਨੇ ਸਟੇਟਮੈਂਟ ਦਿੱਤੀ ਹੈ ਉਹਨੂੰ ਵੀ ਅਸੀਂ ਕੰਡੈਮ ਕਰਦੇ ਹਾਂ, ਔਰ ਅਸੀਂ ਕਹਿੰਦੇ ਹਾਂ ਕਿ ਰਾਹੁਲ ਗਾਂਧੀ ਜੀ ਵੀ ਆਪਦੀ ਸਟੇਟਮੈਂਟ ਨੂੰ ਵਾਪਸ ਲੈਣ, ਕਿਉਂਕਿ ਉਹ ਸੱਚਾਈ ਤੋਂ ਸੈਂਕੜੇ ਕੋਹਾਂ ਪਰੇ ਹੈ, ਬਹੁਤ ਦੂਰ ਹੈਗੀ ਹੈ। ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ, ਆਪਾਂ ਇੱਕ ਵਾਰ ਸਾਰਿਆਂ ਨੂੰ ਐਡ ਕਰੀਏ, ਸਾਡੇ ਨਾਲ ਸੰਧੂ ਸਾਹਿਬ ਜੁੜੇ ਹੋਏ ਨੇ, ਸੰਧੂ ਸਾਹਿਬ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ। ਦੇਖੋ ਬੀਜੇਪੀ ਨੇ ਕਿਨਾਰਾ ਕਰ ਲਿਆ, ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਚੰਨੀ ਸਾਹਿਬ ਇਹ ਕਹਿ ਗਏ ਕਿ ਬੀਜੇਪੀ ਦੀ ਵਿਚਾਰਧਾਰਾ ਦੇ ਨਾਲ ਉਹ ਮੇਲ ਨਹੀਂ ਖਾਂਦਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਤਾਕੀਦ ਕਰ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਆਪਾਂ ਦੇਖਿਆ ਕਿ ਕੰਗਨਾ ਰਣੌਤ ਦੀ ਇੱਕ ਸਟੇਟਮੈਂਟ ਪੰਜਾਬ ਨੂੰ ਲੈ ਕੇ ਆਈ ਜਾਂ ਦੇਸ਼ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਲੈ ਕੇ ਆਈ, ਤਾਂ ਫਿਰ ਇੱਕ ਅਫੀਸ਼ੀਅਲ ਤੌਰ ਦੇ ਉੱਤੇ ਬੀਜੇਪੀ ਨੇ ਇੱਕ ਸਟੇਟਮੈਂਟ ਜਾਰੀ ਕਰ ਦਿੱਤੀ ਕਿ ਕੰਗਨਾ ਦੀ ਇਹ ਆਪਣੀ ਨਿੱਜੀ ਸਟੇਟਮੈਂਟ ਹੈ, ਪਾਰਟੀ ਦੀ ਨਹੀਂ ਹੈ। ਮਤਲਬ ਉਹ ਬਹੁਤ ਕਲੀਅਰ ਸੀ ਕਿ ਉਹਨਾਂ ਨੇ ਕਿਨਾਰਾ ਕਰ ਲਿਆ। ਤੁਹਾਨੂੰ ਲੱਗਦਾ ਕਾਫੀ ਹੈ ਇਸ ਸਟੇਟਮੈਂਟ ਨੂੰ ਲੈ ਕੇ ਜੋ ਬੀਜੇਪੀ ਦਾ ਹੁਣ ਤੱਕ ਰੁੱਖ ਹੈ? ਦੇਖੋ ਗੌਰਵ ਜੀ, ਅੱਜ ਕੱਲ੍ਹ ਨਾ ਇੱਕ ਨਵਾਂ ਹੀ ਟ੍ਰੈਂਡ ਚੱਲ ਪਿਆ ਬਈ, ਪਹਿਲਾਂ ਤਾਂ ਇੱਕ ਪਾਰਟੀ ਦਾ ਕੋਈ ਬੰਦਾ ਬਿਆਨ ਦੇ ਦਿੰਦਾ ਐਸਾ ਜਿਹਦੇ ਨਾਲ ਅੱਗ ਲੱਗ ਜਾਂਦੀ, ਫਿਰ ਉੱਤੋਂ ਕੀ ਹੁੰਦਾ, ਉੱਤੋਂ ਮਲਮ ਲਾਉਣ ਵਾਸਤੇ ਇਹਨਾਂ ਦੇ ਸਪੋਕਸਪਰਸਨ ਜਾਂ ਇਹਨਾਂ ਦੇ ਲੀਡਰ ਜਿਹੜੇ ਨੇ ਉਹ ਕਹਿ ਦਿੰਦੇ ਨੇ ਇਹ ਬਿਆਨ ਸਾਡਾ ਹੈ ਹੀ। ਦੇਖੋ ਇਹ ਜਿਹੜੀ ਨਫ਼ਰਤ ਦੀ ਦੁਕਾਨ ਹੈ ਨਾ, ਇਹਦੇ ਵਿੱਚ ਇੱਕ ਸ਼ਟਰ ਹੋਰ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਪਤਾ ਨਹੀਂ ਕਿਹਦਾ ਨਾਮ ਮਰਵਾ ਅਮਰੂ ਜੋ ਵੀ ਹੋਵੇ, ਇਹਨੇ ਨਫ਼ਰਤ ਦਾ ਸ਼ਟਰ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਕੀ ਕੀਤਾ, ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ। ਜਿਹੜਾ ਬੰਦਾ ਜਿਹੜੀ ਪਾਰਟੀ ਤੋਂ ਲਗਾਤਾਰ MLA ਬਣਦਾ ਰਿਹਾ ਹੋਵੇ ਔਰ ਪਿਛਲੇ 2-2.5 ਸਾਲ ਤੱਕ ਕਾਂਗਰਸ ਦੇ ਵਿੱਚ ਹੋਵੇ, ਅੱਜ ਜਾ ਕੇ ਐਸਾ ਬਿਆਨ ਦੇਣਾ ਸਸਤੀ ਸ਼ੋਹਰਤ ਨਹੀਂ ਤੇ ਹੋਰ ਕੀ ਆ? ਕੀ ਤੁਸੀਂ ਬੀਜੇਪੀ ਦੇ ਵਿੱਚ ਇੰਨੀ ਲਾਲਾਈ ਤੋਂ ਜਾਣ ਵਾਸਤੇ ਚਲੇ ਗਏ ਜੇ ਤੁਸੀਂ ਕੋਈ ਅਹੁਦਾ ਲੈਣ ਵਾਸਤੇ ਇੰਨੇ ਲਾਲਾਈ ਜੇ ਵੀ ਇਸ ਤਰ੍ਹਾਂ ਦਾ ਤੁਸੀਂ ਘਟੀਆ ਬਿਆਨ ਦੇ ਦਿਓ? ਅੱਜ ਠੀਕ ਹੈ, ਚੰਨੀ ਜੀ ਨੇ ਵਧੀਆ, ਮੈਂ ਇਹਨਾਂ ਦੀ ਤਾਰੀਫ ਕਰੂੰਗਾ, ਇਹਨਾਂ ਨੇ ਕਹਿ ਤਾ ਵੀ ਅਸੀਂ ਤਾਂ ਕਿਨਾਰਾ ਕਰ ਲਿਆ। ਕੰਗਨਾ ਰਣੌਤ ਦਾ ਵੀ ਉਹੀ ਗੱਲ, ਅਸੀਂ ਕਿਨਾਰਾ ਕਰ ਲਿਆ, ਉਹਦੀ ਭੈਣ ਨੇ ਵੀ ਕਿਹਾ ਸੀ ਉਹ ਤੋਂ ਕਿਨਾਰਾ ਕਰ ਲਿਆ। ਮੈਂ ਤੁਹਾਨੂੰ 10 ਐਗਜ਼ਾਮਪਲ ਹੋਰ ਦੇ ਦਿੰਦਾ, ਸ਼ਵਿੰਦੂ ਅਧਿਕਾਰੀ ਲੈ ਲਓ, ਉਹਨੇ ਵੀ ਕੀ ਕਿਹਾ ਸੀ, ਇੱਕ ਬੀਜੇਪੀ ਦੇ MLA ਨੇ, ਬੀਜੇਪੀ ਦੇ ਜਿਹੜਾ MLA ਉਹਨੂੰ ਕਿਹਾ ਸੀ ਕਟੂਆ ਤੇ ਕਈ ਕੁਛ ਹੋਰ ਅੱਤਵਾਦੀ ਲੁੰਗੀ ਵਾਲੇ ਟੋਪੀ ਵਾਲੇ, ਉਦੋਂ ਨੀ ਬਾਹਰ ਕੱਢਿਆ? ਜਾਂ ਤੇ ਨਾ ਕਹਿਣ ਦੱਸੋ ਗੌਰਵ ਜੀ, ਕੀ ਹੁੰਦਾ ਪਿੰਡਾਂ ਦੇ ਵਿੱਚ ਨਾ ਕਾਂ ਬਹੁਤ ਤੰਗ ਕਰਦੇ ਨਾ, ਤੇ ਇੱਕ ਕਾਂ ਮਾਰ ਕੇ ਟੰਗ ਦਿੰਦੇ, ਬਾਕੀ ਕਾਂ ਫਿਰ ਆਉਂਦੇ ਨੀ। ਜਾਂ ਤੇ ਇੱਕ ਪਾਰਟੀ ਚੋਂ ਕੱਢ ਕੇ ਮਿਸਾਲ ਪੇਸ਼ ਕਰਨ, ਮੈਂ ਵੀ ਦੱਸ ਦਊਗਾ ਵਾਕਈ ਕੋਈ ਬੀਜੇਪੀ ਪਾਰਟੀ ਹੈਗੀ ਆ, ਕਰਦੇ ਇਹਨਾਂ ਨੂੰ ਬੀਜੇਪੀ ਚ ਕਿਹਾ ਵੀ ਨਿਕਲ ਜਾ ਤੂੰ ਇਹ ਗੱਲ ਕਿਉਂ ਕੀਤੀ। ਦੇਖੋ ਨਹੀਂ, ਪਰ ਜਿਹੜਾ ਟ੍ਰੈਂਡ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਮੈਂ ਮਾਫੀ ਚਾਹੁੰਦਾ ਵਿਚਾਲੇ ਰੁਕ ਰਹੇ ਹਾਂ, ਪਰ ਸੰਧੂ ਸਾਹਿਬ ਜਿਹੜੇ ਟ੍ਰੈਂਡ ਦਾ ਜ਼ਿਕਰ ਕਰ ਰਹੇ ਹੋ, ਇਹ ਟ੍ਰੈਂਡ ਤੁਹਾਨੂੰ ਲੱਗਦਾ ਕਿ ਸਿਰਫ ਬੀਜੇਪੀ ਤੱਕ ਸੀਮਿਤ ਹੈ? ਇਹ ਤਾਂ ਕਾਂਗਰਸ ਦੇ ਵਿੱਚ ਵੀ ਇਸ ਤਰੀਕੇ ਨਾਲ ਹੁੰਦਾ ਕਿ ਕੋਈ ਸਟੇਟਮੈਂਟ ਆ ਗਈ, ਇਹ ਆਮ ਆਦਮੀ ਪਾਰਟੀ 'ਚ ਵੀ ਹੈ, ਇਹ ਜਿਹੜੀਆਂ ਹੋਰ ਪਾਰਟੀਆਂ ਨੇ ਉਹਨਾਂ ਦੇ ਵਿੱਚ ਵੀ ਹੈਗਾ, ਜਦੋਂ ਕੋਈ ਸਟੇਟਮੈਂਟ ਪਾਰਟੀ ਦੇ ਮੁਤਾਬਿਕ ਨਹੀਂ ਹੁੰਦੀ ਹੈ, ਉਸ ਦੇ ਉੱਤੇ ਵਿਵਾਦ ਹੋ ਜਾਂਦਾ, ਤਾਂ ਫਿਰ ਕਿਨਾਰਾ ਕਰ ਲਿਆ ਜਾਂਦਾ ਕਿ ਨਹੀਂ ਜੀ ਉਹਨਾਂ ਦੀ ਆਪਣੀ ਨਿੱਜੀ ਸਟੇਟਮੈਂਟ ਹੈ, ਸਾਡਾ ਕੋਈ ਲੈਣਾ ਦੇਣਾ ਨਹੀਂ। ਗੌਰਵ ਜੀ, ਦੇਸ਼ ਵਿਰੋਧੀ ਕੋਈ ਬਿਆਨ ਹੋਵੇ, ਕਿਸੇ ਪਰਸਨਲ ਬੰਦੇ ਦੇ ਵਿਰੁੱਧ ਕੋਈ ਬਿਆਨ ਹੋਵੇ, ਕੋਈ ਘਟੀਆ ਲੱਚਰਤਾ ਦਾ ਬਿਆਨ ਹੋਵੇ ਕਿਸੇ ਪਾਰਟੀ ਦਾ ਬੰਦਾ ਕਰੇ, ਗਲਤ ਗੱਲ ਹੈ। ਪਰ ਤੁਸੀਂ ਗੌਰ ਕਰੋ ਮੇਰੀ ਗੱਲ ਜੀ, ਮੈਂ ਤੁਹਾਨੂੰ ਕਿੰਨੇ ਬਿਆਨ ਇਹਨਾਂ ਦੇ ਬੰਦਿਆਂ ਦੇ ਦਿਖਾਵਾਂ, ਕਿੰਨੇ ਤੁਹਾਨੂੰ ਮੈਂ ਦੱਸਾਂ। ਵੇਖੋ ਮੇਰੇ ਕੋਲ ਤੇ ਨਾ ਇੱਕ ਮਦਨ ਦਿਲਾਵਰ ਸੀ ਇਹਨਾਂ ਦਾ, ਬੀਜੇਪੀ ਦਾ ਵਿਧਾਇਕ, ਉਹਨੇ ਕੀ ਕਿਹਾ ਸੀ ਕਿਸਾਨੀ ਅੰਦੋਲਨ ਦੇ ਵਿੱਚ, ਇਹ ਚਿਕਨ ਖਾ ਰਹੇ ਨੇ, ਬਿਰਿਆਨੀ ਖਾ ਰਹੇ ਨੇ ਤੇ ਅੱਤਵਾਦੀ ਨੇ। ਯੂਪੀ ਦੇ ਡਿਪਟੀ CM ਕੇਸ਼ਨ ਮੌਰਿਆ ਨੇ ਜੇ 2021 ਦੇ ਵਿੱਚ ਕੀ ਕਿਹਾ ਸੀ, ਹਨਾ, ਇਹ ਮੁਸਲਮਾਨਾਂ ਨੂੰ, ਟੂਪੇ ਵਾਲੇ ਨੂੰ, ਲੋਂਗੇ ਵਾਲੇ ਨੂੰ, ਉਹਨਾਂ ਨੂੰ ਵੋਟ ਨਾ ਪਾਓ। ਕਦੀ ਇਹ ਕਹਿੰਦੇ ਨੇ ਬਹੁ ਬੇਟੀ ਇਹਨਾਂ ਦੀ ਦੁਕਾਨ ਤੇ ਨਾ ਜਾਣ, ਕਦੀ ਇਹ ਜਾ ਕੇ ਕਹਿ ਦਿੰਦੇ ਨੇ ਜੀ, ਯੋਗੀ ਜੀ ਕਹਿ ਦਿੰਦੇ ਨੇ ਵੀ ਮੁਸਲਮਾਨਾਂ ਦੇ ਵੋਟ ਲੱਗੇ ਹੋਣਾ ਚਾਹੀਦੇ, ਜਾਂ ਪਰਟੀਕੁਲਰ ਕਮਿਊਨਿਟੀ ਦੇ ਵੋਟ ਲੱਗੇ ਹੋਣਾ ਚਾਹੀਦੇ ਕਾਂਵੜ ਯਾਤਰਾ ਦੇ ਵਿੱਚ। ਹਾਲਾਂਕਿ ਸੁਪਰੀਮ ਕੋਰਟ ਨੇ, ਮਾਨਯ ਸੁਪਰੀਮ ਕੋਰਟ ਨੇ ਆਖਿਆ ਵੀ ਨਹੀਂ ਲੱਗਣੇ ਚਾਹੀਦੇ, ਮਤਲਬ ਨਫ਼ਰਤ ਦੀ ਦੁਕਾਨ ਸ਼ਟਰ ਖੋਲ੍ਹੀ ਜਾਣਗੇ।
ਖੋਲੀ ਜਾਓ, ਜਿੰਨੇ ਮਰਜ਼ੀ ਖੋਲੀ ਜਾਓ। ਰਾਹੁਲ ਗਾਂਧੀ ਦੀ ਜਿਹੜੀ ਭਾਰਤ ਜੋੜੋ ਯਾਤਰਾ ਕੀਤੀ ਨਾ ਤੁਰ ਕੇ, ਤੁਹਾਡੇ ਵਾਂਗੂ ਜਹਾਜ਼ਾਂ ਦੇ ਝੂਟ ਨਹੀਂ ਲਾਸਟ ਆ, ਉਹ ਇਸੇ ਕਰਕੇ ਕੀਤੀ ਸੀ ਸ਼ਟਰ ਬੰਦ ਕਰਨ ਵਾਸਤੇ। ਔਰ ਜੇ ਸਾਡੇ 100 ਸਾਡੇ ਆਏ ਨੇ ਨਾ ਇਸੇ ਕਰਕੇ ਆਏ ਨੇ, ਆਉਣ ਵਾਲੇ ਦਿਨਾਂ 'ਚ ਤੁਹਾਡਾ ਪੱਕਾ ਸ਼ਟਰ ਲਾ ਕੇ ਬੰਦ ਕਰਾਂਗੇ। ਐਸੇ ਜਿਹੜੇ ਬੰਦੇ ਬੋਲਦੇ ਨੇ ਨਾ, ਜ਼ਹਿਰ ਉਗਲਦੇ ਨੇ, ਜਾਂ ਉਹਨਾਂ ਨੂੰ ਪਾਰਟੀ 'ਚੋਂ ਕੱਢੋ, ਜਾਂ ਫਿਰ ਇਹੋ ਜਿਹਾ ਇਹ ਨਾ ਕਿਆ ਕਰੋ, ਅਸੀਂ ਉਹ ਤੋਂ ਕਿਨਾਰਾ ਕਰਦੇ ਹਾਂ, ਤੁਸੀਂ ਕਿਨਾਰਾ ਨਹੀਂ ਕਰਦੇ, ਪਿੱਛੇ ਬੀਜੇਪੀ ਬੋਲਦੀ ਹੈ। ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ। ਸਿੱਧੂ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਇਨਫੈਕਟ ਸਾਡੇ ਨਾਲ ਭਾਰਤ ਬਾਦ ਸਾਹਿਬ ਵੀ ਜੁੜ ਗਏ ਨੇ। ਸਿੱਧੂ ਜੀ ਥੋੜ੍ਹਾ ਜਿਹਾ ਵੇਟ ਕਰੋ, ਇੱਕ ਛੋਟਾ ਜਿਹਾ ਸਟੇਟਮੈਂਟ ਚੰਨੀ ਜੀ ਤੁਹਾਡਾ ਬਹੁਤ ਜ਼ਰੂਰੀ ਹੈ ਕਿ ਕਿਨਾਰਾ ਕਰਕੇ ਤਾਂ ਗੱਲ ਨਹੀਂ ਬਣਦੀ। ਕਹਿੰਦੇ ਇੱਕ ਮਿਸਾਲ ਪੇਸ਼ ਕਰ ਦਿਓ। ਦੇਖੋ ਲੋਕ ਵੀ ਇਹ ਜਾਣਨਾ ਚਾਹੁੰਦੇ ਨੇ, ਕਿਉਂਕਿ ਟ੍ਰੈਂਡ ਦਾ ਜ਼ਿਕਰ ਹੋ ਰਿਹਾ, ਤਾਂ ਮੈਂ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਕਿ ਟ੍ਰੈਂਡ ਇੱਕ ਪਾਰਟੀ 'ਚ ਤਾਂ ਨਹੀਂ ਹੈ, ਪਰ ਜੇ ਕੋਈ ਪਾਰਟੀ ਸੈੱਟ ਕਰ ਦੇਵੇ ਟ੍ਰੈਂਡ ਕਿ ਜੇਕਰ ਇਸ ਤਰੀਕੇ ਦੀ ਸਟੇਟਮੈਂਟ ਆਉਂਦੀ ਹੈ ਤਾਂ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਏਗਾ, ਤਾਂ ਫਿਰ ਉਹ ਇੱਕ ਇੱਕ ਵੱਖਰੇ ਤਰੀਕੇ ਨਾਲ ਐਕਸ਼ਨ ਤਾਂ ਹੋਏਗਾ। ਚੰਨੀ ਜੀ ਦੇਖੋ, ਗੱਲ ਇਹ ਹੈ ਕਿ ਹੁਣ ਆਪਾਂ ਇਹਦੀ ਗੱਲ ਫੜ ਲਈ, ਅਸੀਂ ਇਹਨੂੰ ਜਸਟੀਫਾਈ ਨਹੀਂ ਕਰਦੇ, ਪਰ ਜਿਹੜਾ ਬਿਆਨ ਰਾਹੁਲ ਗਾਂਧੀ ਜੀ ਨੇ ਦਿੱਤਾ, ਜਿਹੜੀ ਨਫ਼ਰਤ ਦੀ ਗੱਲ ਉਹਨਾਂ ਨੇ ਫੈਲਾਈ ਔਰ ਸਿੱਖਾਂ ਦੇ ਵਿੱਚ ਸਹਿਮ ਕ੍ਰੀਏਟ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਬੜਾ ਵੱਡਾ ਬਿਆਨ ਦਿੱਤਾ, ਉਹ ਵੀ ਅਮਰੀਕਾ ਦੇ ਵਿੱਚ ਜਾ ਕੇ ਦਿੱਤਾ, ਕੀ ਉਹਨਾਂ ਨੂੰ ਇਹ ਬਿਆਨ ਦੇਣਾ ਬੰਦ ਹੈ? ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਦੇਖੋ, ਅਸੀਂ ਡਿਸਿਪਲਿਨਡ ਪਾਰਟੀ ਹੈ, ਉਹਦੇ ਵਿੱਚ ਡੈਫੀਨੇਟਲੀ ਐਕਸ਼ਨ ਹੋਏਗਾ, ਔਰ ਉਹਨੂੰ ਜੋ ਮੈਂ ਮਤਲਬ ਤਾਂ ਹਾਈਕਮਾਂਡ ਨੇ ਲੈਣਾ ਹੈਗਾ, ਪਰ ਵਿਊ ਪਾਰਟੀ ਦਾ ਇਹ ਹੈਗਾ ਕਿ ਅਸੀਂ ਇਸ ਬਿਆਨ ਤੋਂ ਡਿਸ ਐਸੋਸੀਏਟ ਕਰਦੇ ਹੈਗੇ ਹਾਂ, ਔਰ ਇਹ ਕੰਡੈਮਨੇਬਲ ਜਿਹੜਾ ਹੈਗਾ ਬਿਆਨ ਹੈਗਾ। ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਸੰਦੇਸ਼ ਹੈਗਾ, ਕਿ ਹੁਣ ਮੈਂ ਇਹਨਾਂ ਦੇ ਕੱਢ ਦਿੰਦਾ ਵੀ ਇਹਨਾਂ ਨੇ ਕੀ ਕਦੇ ਕਦੇ ਕਦੋਂ ਕਦੋਂ ਕੀ ਕੀ ਕਿਹਾ ਹੈਗਾ। ਹੁਣ ਇਹਨਾਂ ਦਾ ਜਿਹੜਾ ਲੀਡਰ ਹੈ, ਹੁਣ ਤੁਸੀਂ ਦੇਖੋ ਇਹ ਹੁਣ ਗੱਲਾਂ ਕਰਨਾ, ਤਾਂ ਮਸਾਂ ਪੈਰ ਲੱਗੇ ਨੇ। ਪੈਰ ਕਿਉਂ ਲੱਗੇ ਨੇ? ਇਹ ਜੀ ਹਰੇਕ ਔਰਤ ਦੇ ਖਾਤੇ 'ਚ ਲੱਖ ਲੱਖ ਰੁਪਈਆ ਖਟਾਖਟ ਚੱਕਾ ਚੱਕ ਚੱਕ। ਹੁਣ ਉਹ ਜਨਾਨੀਆਂ ਵਿਚਾਰੀਆਂ, ਸਾਡੀਆਂ ਮਾਵਾਂ ਭੈਣਾਂ, ਇਹਨਾਂ ਦੇ ਦਫ਼ਤਰਾਂ ਦੇ ਗੇੜੇ ਕੱਢੀ ਜਾਂਦੀਆਂ, ਅਸੀਂ ਤੁਹਾਨੂੰ ਵੋਟਾਂ ਪਾ ਦਿੱਤੀਆਂ, ਤੁਹਾਨੂੰ ਜਿਤਾ ਦਿੱਤਾ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਆਪਾਂ ਥੋੜੀ ਚਰਚਾ ਨੂੰ ਅੱਗੇ ਵਧਾਈਏ। ਤੁਹਾਡਾ ਪੁਆਇੰਟ ਜਿਹੜਾ ਆ ਗਿਆ, ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੀ ਜਿੱਥੋਂ ਗੱਲ ਸ਼ੁਰੂ ਹੋਈ ਹੈ ਉਸ ਦੇ ਉੱਤੇ ਵੀ ਗੱਲ ਕਰੋ, ਕਿ ਰਾਹੁਲ ਗਾਂਧੀ ਦੀ ਸਟੇਟਮੈਂਟ ਜੇ ਨਾ ਆਉਂਦੀ ਤਾਂ ਸ਼ਾਇਦ ਇੱਥੇ ਤੱਕ ਗੱਲ ਨਾ ਪਹੁੰਚਦੀ। ਸਿੱਧੂ ਸਾਹਿਬ, ਗੋਪਾਲ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰਿਪ੍ਰੈਜੈਂਟ ਕਰ ਰਹੇ ਨੇ, ਤੁਸੀਂ ਇਸ ਸਟੇਟਮੈਂਟ ਨੂੰ ਕਿਵੇਂ ਦੇਖਦੇ ਹੋ? ਇੰਦਰਾ ਗਾਂਧੀ ਦਾ ਜ਼ਿਕਰ ਕਰ ਦਿੱਤਾ ਗਿਆ, ਰਾਹੁਲ ਗਾਂਧੀ ਨੇ ਇੱਕ ਸਟੇਟਮੈਂਟ ਦੇ ਦਿੱਤੀ ਅਮਰੀਕਾ ਤੋਂ ਜਿਸ ਦੇ ਉੱਤੇ ਖੂਬ ਬਵਾਲ ਹੋ ਰਿਹਾ। ਮੈਂ ਗੌਰਵ ਵਾਲੀਆ ਸਾਹਿਬ ਅਤੇ ਨਿਊਜ਼ 18 ਦੀ ਟੀਮ ਦਾ ਅਤੇ ਸਾਨੂੰ ਦੇਖਣ ਅਤੇ ਸੁਣਨ ਵਾਲਿਆਂ ਅਤੇ ਸਾਡੇ ਸਹਿਯੋਗੀਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ ਜੀ। ਜੀ, ਜਿਹੜੀ ਗੱਲ ਰਾਹੁਲ ਗਾਂਧੀ ਦੇ ਬਿਆਨ ਦੀ ਗੱਲ ਹੋ ਰਹੀ ਹੈ, ਅਮਰੀਕਾ ਦੇ ਵਿੱਚ ਜਾ ਕੇ ਦਿੱਤਾ ਹੈ, ਰਾਹੁਲ ਗਾਂਧੀ ਜੀ ਵਿਰੋਧੀ ਧਿਰ ਦੇ ਨੇਤਾ ਨੇ ਦੇਸ਼ ਦੇ, ਜਿਹੜਾ ਇਹਨਾਂ ਨੇ ਬੀਜੇਪੀ ਨੇ ਉੱਥੇ ਬਵਾਲ ਪੈਦਾ ਕਰ ਦਿੱਤਾ ਹੈ। ਹਾਂ, ਸ਼ੁਰੂਆਤ ਇੱਥੇ ਗੱਲ ਕਰਦੇ ਹਾਂ ਵੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਜੀ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਸੀਗੀ। ਉਹਨਾਂ ਦੀ ਮੌਤ ਤੋਂ ਬਾਅਦ ਸਿੱਖਾਂ ਨੇ ਪ੍ਰਿਅੰਕਾ ਗਾਂਧੀ ਨੂੰ, ਰਾਹੁਲ ਗਾਂਧੀ ਨੂੰ ਦੋਸ਼ੀ ਨਹੀਂ ਠਹਿਰਾਇਆ, ਕਿਉਂਕਿ ਬੱਚੇ ਸੀ ਉਸ ਟਾਈਮ। ਸਾਡੇ ਗੁਰੂਆਂ ਦਾ ਸੰਵਿਧਾਨ, ਵਿਧੀ ਵਿਧਾਨ, ਸਾਡੇ ਪੁਰਖਿਆਂ ਦਾ, ਸਾਰਿਆਂ ਦਾ ਇਹੀ ਗੱਲ ਕਹਿੰਦੇ ਵੀ ਬੱਚਿਆਂ ਦੇ ਨਾਲ ਕਿਹੜਾ ਨਹੀਂ ਕੱਢਣੀਆਂ ਚਾਹੀਦੀਆਂ, ਇਹ ਗਲਤ ਹੈ, ਠੀਕ ਹੈ, ਉਹ ਨਹੀਂ ਹੋਣਾ ਚਾਹੀਦਾ। ਦੂਜੀ ਗੱਲ ਕਿ ਸਿੱਖਾਂ ਨੇ ਕਦੇ ਵੀ ਰਾਹੁਲ ਗਾਂਧੀ ਨੂੰ ਕਿਤੇ ਸਾਰੀ ਫੈਮਿਲੀ ਨੂੰ ਉਸ ਤੋਂ ਬਾਅਦ ਜੇ ਕਿਸੇ ਨੂੰ ਉਹ ਇਹ ਵੀ ਕਿਹਾ ਹੋਵੇ ਜਾਂ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕੀਤੀ ਹੋਵੇ ਸਿੱਖਾਂ ਨੇ, ਕਿਸੇ ਨੇ ਵੀ ਕੀਤਾ ਹੋਵੇ, ਉਹ ਗੱਲ ਇਹ ਕਲੀਅਰ ਬੀਜੇਪੀ ਨੂੰ ਕਰ ਦੇਣੀ ਚਾਹੀਦੀ ਹੈ। ਅਤੇ ਦੋਸਤੋਂ ਬਾਅਦ ਜਿਹੜੀ ਇਹ ਗੱਲ ਕਰਦੇ ਨੇ ਵੀ 84 ਦੇ ਵਿੱਚ ਤੁਸੀਂ ਸਾਰਾ ਕੁਛ ਕੀਤਾ, ਬਿਲਕੁਲ ਉਹਨਾਂ ਨੇ ਕੀਤਾ, ਸਾਡੇ ਕਤਲੇਆਮ ਵੀ ਹੋਇਆ। ਉਸ ਤੋਂ ਬਾਅਦ ਗੱਲ ਇਹ ਜਿਹੜੀ ਲੜਾਈ ਹੈ ਰਾਹੁਲ ਗਾਂਧੀ ਅਤੇ ਬੀਜੇਪੀ ਦੀ ਅਤੇ ਸਾਡੇ ਸਿੱਖਾਂ ਦੀ, ਉਹ ਅੱਗੇ ਵੱਧ ਗਈ ਹੈ ਕਾਂਗਰਸ ਦੇ ਨਾਲੋਂ, ਉਹ ਅੱਗੇ ਇਸੇ ਕਰਕੇ ਵੱਧ ਗਈ ਹੈ ਕਿ 84 ਤੋਂ ਬਾਅਦ ਕਿ ਸਿੱਖਾਂ ਦਾ ਕਤਲੇਆਮ ਦੇਸ਼ ਵਿੱਚ ਹੋਇਆ ਨਹੀਂ, ਕਿ ਚਿੱਠੀ ਸਿੰਘਪੁਰਾ ਦੇ ਵਿੱਚ ਕਸ਼ਮੀਰ ਦੇ ਵਿੱਚੋਂ ਬੰਦੇ ਕੱਢ ਕੇ 36 ਤੁਸੀਂ ਮਾਰੇ ਨਹੀਂ, ਅਤੇ ਉਹਦਾ ਅੱਜ ਤੱਕ ਜਸਟਿਸ ਕਿੱਥੇ ਹੈ?
ਰਹੀ ਗੱਲ ਉੱਥੇ ਸਾਡਾ ਜੰਮੂ ਦੇ ਵਿੱਚ ਪ੍ਰੋਟੈਸਟ ਦੇ ਵਿੱਚ ਸਿੱਖ ਮਾਰ ਦਿੱਤੇ ਗਏ ਸੀ, ਪੰਜਾਬ 'ਚ ਮਾਰ ਦਿੱਤੇ ਗਏ ਸੀਗੇ, ਕੀ ਸਾਨੂੰ ਉਹਦਾ ਇਨਸਾਫ ਮਿਲਿਆ? ਉਸ ਤੋਂ ਬਾਅਦ ਜਿਹੜੀ ਰਾਹੁਲ ਗਾਂਧੀ ਗੱਲ ਕਰ ਰਿਹਾ ਕੀ ਨੁਕਸ, ਹਾਂ ਹੁਣ ਖਤਰਿਆਂ ਦੀ ਗੱਲ ਕਰੀਏ, ਖਤਰਾ ਕਿੱਥੋਂ ਮਹਿਸੂਸ ਹੁੰਦਾ ਹੈ ਰਾਹੁਲ ਗਾਂਧੀ ਨੂੰ? ਹਾਂ, ਉਹ ਇਹਨਾਂ ਨੂੰ ਇਸ ਕਰਕੇ ਲੜ ਰਹੀ ਹੈ ਗੱਲ ਕਿਉਂਕਿ ਜਿਨ੍ਹਾਂ ਦੇ ਨਾਲ ਲੜਾਈ ਸੀ ਉਸ ਨੂੰ ਸਮਝ ਆ ਚੁੱਕੀ ਹੈ ਵੀ ਸਿੱਖਾਂ ਦੇ ਨਾਲ ਜਾਤੀ ਹੈ, ਧੱਕਾ ਹੋਇਆ, ਗਲਤ ਹੋ ਰਿਹਾ, ਸਾਡੇ ਵੇਲੇ ਵੀ ਹੋਇਆ ਤੇ ਆਹ ਸਰਕਾਰ ਦੇ ਵਿੱਚ ਵੀ ਹੋਇਆ, ਕਾਂਗਰਸ ਦੇ ਨਾਲ ਵਿਵਾਦ ਖਤਮ ਹੋ ਗਿਆ ਸਿੱਖਾਂ ਦਾ, ਇਹ ਸਮਝਿਆ ਜਾਵੇ? ਨਹੀਂ ਨਹੀਂ, ਜਦੋਂ ਇਹ ਜੇ ਕਰੂਗਾ ਤੇ ਜੇ ਕਾਂਗਰਸ ਇਦਾਂ ਕਰੂਗੀ ਤੇ ਉਹਦਾ ਮੂੰਹ ਤੋੜਵਾਂ ਜਵਾਬ ਸਿੱਖ ਦੇਣਾ ਜਾਣਦੇ ਨੇ, ਪਰ ਅੱਜ ਕੱਲ ਤਾਂ ਲੜਾਈ ਕੱਲੀ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਹੈਗੀ, ਮੰਚ ਦੀ ਹੈਗੀ ਹੈ। ਤੁਹਾਡੀ ਉਸ ਗੱਲ ਤੇ ਮੈਂ ਜਾਣਨਾ ਚਾਹ ਰਿਹਾ ਜੋ ਗੋਪਾਲ ਜੀ ਤੁਸੀਂ ਜ਼ਿਕਰ ਕਰ ਰਹੇ ਹੋ ਜੀ, ਤੁਸੀਂ ਕਿਹਾ ਕਿ ਪੀੜ੍ਹੀ ਚੇਂਜ ਹੋ ਗਈ ਜੀ। ਦੇਖੋ ਗੱਲ ਹੈ ਕਿ ਰਾਹੁਲ ਗਾਂਧੀ ਉਸ ਸਮੇਂ ਨਿੱਕੇ ਸੀ ਤਾਂ ਕਾਂਗਰਸ ਦੇ ਜਿਹੜੇ ਬਹੁਤੇ ਆਗੂ ਨੇ ਉਹ ਵੀ ਉਸ ਸਮੇਂ ਨਿੱਕੇ ਸੀ, ਤਾਂ ਕੀ ਉਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਿ ਠੀਕ ਹੈ ਜਿਹੜੀ ਤਰਵਿੰਦਰ ਸਿੰਘ ਦੀ ਸਟੇਟਮੈਂਟ ਹੈ ਉਹਨਾਂ ਨੂੰ ਸਿੱਖਾਂ ਦੀ ਸਟੇਟਮੈਂਟ ਨਾ ਸਮਝਿਆ ਜਾਵੇ? ਮੈਂ ਉੱਥੇ ਗੱਲ ਮੈਨੂੰ ਪੂਰੀ ਕੀਤੀ ਜਾਵੇ ਜੀ ਜੀ ਪਲੀਜ਼। ਉਹਨਾਂ ਨੂੰ ਇਸ ਗੱਲ ਲੱਗੀ ਵੀ ਸਿੱਖਾਂ ਦੇ ਨਾਲ ਜੋ ਧੱਕਾ ਸਾਡੇ 84 ਤੋਂ ਬਾਅਦ ਹੋਇਆ, ਸਾਡੇ ਗੁਰਦੁਆਰੇ ਕਿੰਨੀਆਂ ਸਟੇਟਾਂ ਦੇ ਵਿੱਚ ਢਾ ਦਿੱਤੇ ਗਏ ਨੇ, ਬਹਾਲ ਨਹੀਂ ਹੋਏ, 60,000 ਬੰਦਾ ਨਰਿੰਦਰ ਮੋਦੀ ਜੀ ਨੇ 1947 ਵਿੱਚ ਵਸਾਇਆ ਇਹਨਾਂ ਨੇ ਸੀਗਾ, ਉਹ ਬੇਘਰ ਕਰ ਦਿੱਤਾ, ਬੇਜ਼ਮੀਨਾਂ ਕਰ ਦਿੱਤਾ ਗਿਆ, ਮੇਘਾਲਿਆ ਦੇ ਵਿੱਚ 10,000 ਆਜ਼ਾਦ ਦਿੱਤਾ ਗਿਆ, ਉਹਦੀ ਨਾਗਰਿਕਤਾ ਹੀ ਖਤਮ ਕਰ ਦਿੱਤੀ ਹੈ, ਗੁਰੂ ਘਰ ਢਾ ਦਿੱਤੇ ਗਏ ਨੇ, ਅਣਸੁਰੱਖਿਅਤ ਸਿੱਖ ਹੋ ਰਹੇ ਨੇ, ਚਿੰਤਾ ਦਾ ਵਿਸ਼ਾ ਹੈਗਾ, ਕਿਸੇ ਐਗਜ਼ਾਮ ਦੇ ਵਿੱਚ ਬੈਠੇ ਨੇ, UPS ਦੇ ਵਿੱਚ ਬੈਠੇ ਨੇ, ਕਿਸੇ ਸਿਵਲ ਸਰਵਿਸ ਦਾ ਕਿਤੇ ਇਮਤਿਹਾਨ ਹੁੰਦਾ, ਉੱਥੇ ਬਣ ਨਹੀਂ ਦੇ ਰਹੇ, ਘੜੇ ਉਤਾਰੋ ਜੀ, ਕਿਰਪਾਨਾਂ ਉਤਾਰੋ ਜੀ, ਪੱਗਾਂ ਉਤਾਰੋ ਜੀ, ਜਿਹੜੀ ਸਥਿਤੀ ਹੈ ਸਾਡੀ ਦੇਸ਼ ਦੇ ਹਾਈ ਕੋਰਟਾਂ ਦੇ ਵਿੱਚ ਸਿੱਖਾਂ ਦੀ ਗਿਣਤੀ ਕਿੰਨੀ ਕੁ ਹੈ, ਆਰਮੀ ਦੇ ਅਫਸਰਾਂ ਦੀ ਕਿੰਨੀ ਕੁ ਗਿਣਤੀ ਹੈ, ਕੀ ਸਾਡਾ ਮਨੋਬਲ ਟੁੱਟਿਆ ਜਾਂ ਡਿੱਗਿਆ? ਰਹੀ ਗੱਲ ਇੱਥੇ ਸਟੇਟ ਤੋਂ, ਇਹ ਜਿਹੜੀ ਗੱਲ ਇਨਸਾਫ ਦੀ ਗੱਲ ਕਰ ਰਹੇ 84 ਦੀ, ਜਿਹਨੂੰ BJP ਇਹ ਗੱਲ ਕਹਿ ਦੇਵੇ ਵੀ ਅਸੀਂ ਇਨਸਾਫ ਕਿਹੜਾ ਲੈ ਕੇ ਦਿੱਤਾ ਗਿਆ, ਕਿਹੜਾ ਮਿਲਿਆ ਨਹੀਂ ਮਿਲਿਆ, ਜੇ ਉਹ ਗੱਲ ਕੀਤੀ ਹੈ ਇਹਨਾਂ ਨੂੰ ਚੁਭੀ ਹੈ। ਰਹੀ ਗੱਲ ਇਹਨਾਂ ਦੇ ਲੀਡਰ ਦੀ, ਉਹ ਲੀਡਰ ਦੇ ਜਿਹੜੇ ਨੇ ਬਿਆਨ ਦਿੱਤਾ ਉਹ ਸਧਾਰਨ ਆਦਮੀ ਨਹੀਂ ਹੈ, ਉਹ ਸਧਾਰਨ ਆਦਮੀ ਨਹੀਂ, ਉਹਦੇ ਵਿੱਚ BJP ਬੋਲੀ ਹੈ। ਹਾਂ, ਇਹਨਾਂ ਨੂੰ ਇਹਨਾਂ ਦੀ ਸਰਕਾਰ ਹੈ, ਗ੍ਰਹਿ ਵਿਭਾਗ ਹੈ, ਇਹਨਾਂ ਕੋਲ ਰੋ ਏਜੰਸੀ ਹੈ, IV ਹੈ, ਸਟੇਟ ਦੀਆਂ ਹੋਰ ਫੋਰਸਿਸ ਨੇ ਬਥੇਰੇ, NIA ਹੈ, ਇਹਨਾਂ ਨੇ, ਇਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਵੀ ਇਹਨੂੰ ਖਤਰਾ ਜੀ ਮਰਡਰ ਹੋ ਜੂਗਾ ਕਿ ਉਸ ਐਂਗਲ ਤੋਂ ਬੋਲਦੇ ਨੇ, ਜੇ ਉਸ ਐਂਗਲ ਤੋਂ ਬੋਲਦੇ ਨੇ ਉਹਦੀ ਸੁਰੱਖਿਆ ਦਾ ਜ਼ਿੰਮੇਵਾਰ ਕੌਣ ਹੈ ਅੱਜ ਜੇ ਗੱਲ ਕਰਦੇ ਨੇ? ਕਿਹਨਾਂ ਦੀ? ਰਾਹੁਲ ਗਾਂਧੀ ਰਾਹੁਲ ਗਾਂਧੀ ਦੀ, ਉਹਦੀ ਸੁਰੱਖਿਆ ਦਾ ਜੇ ਤੁਹਾਡੇ ਬਿਆਨ ਦਾ ਸਹੀ ਪਰ ਮੈਂ ਪੂਰਾ ਕਰ ਦੇਣ ਦਿਓ ਜੀ, ਕੀ ਤੁਸੀਂ ਵਿਰੋਧੀ ਧਿਰ ਦੇ ਨੇਤਾ ਨੂੰ ਸਿੱਖਾਂ ਨੂੰ ਉਕਸਾ ਕੇ ਰਾਹੁਲ ਗਾਂਧੀ ਦਾ ਸੋਚੀ ਸਾਜੀ ਸਾਜ ਦੇ ਤਹਿਤ ਉਹਦਾ ਕਤਲੇਆਮ ਕਰਨਾ ਚਾਹੁੰਦੇ ਹੋ ਤਾਂ ਕਿ ਤੁਹਾਨੂੰ ਸਿੱਖਾਂ ਨੂੰ ਪੂਰੇ ਦੇਸ਼ ਵਿੱਚ ਮਾਰਨ ਦਾ ਮੌਕਾ ਮਿਲ ਜਾਵੇ? ਤੁਸੀਂ ਇਹ ਕਰਨਾ ਚਾਹੁੰਦੇ ਇਸ ਗੱਲ ਨੂੰ ਵੀ ਵਿਰੋਧੀ ਧਿਰ ਦੇ ਨੇਤਾ ਦੀ ਤੁਸੀਂ ਆਵਾਜ਼ ਬੰਦ ਕਰੋ, ਕਿੱਥੇ ਜਾ ਕੇ ਬੋਲੇ? ਜੇ ਦੇਸ਼ ਵਿੱਚ ਬੋਲਿਆ ਤਾਂ ਡਿਫਰਮੇਸ਼ਨ ਦਾ ਕੇਸ ਪਾਤਾ, ਉਹਦੀ ਅੰਡਰ ਪ੍ਰੈਸ਼ਰ ਕੋਰਟ ਦੇ ਉੱਤੇ ਤੁਸੀਂ ਫੈਸਲਾ ਦਵਾ ਦਿੱਤਾ ਜਲਦੀ ਦੇ ਦੇਣ, ਕਦੇ ਹਿੰਦੁਸਤਾਨ ਦੀ ਕਦੇ ਹਿਸਟਰੀ ਦੇ ਵਿੱਚ ਹੋਇਆ ਕਿ ਉਹਦੀ ਮੈਂਬਰਸ਼ਿਪ ਖਤਮ ਕਰ ਦੇਵੋ ਤੁਸੀਂ? ਰਾਹੁਲ ਗਾਂਧੀ ਬੋਲੇ ਕਿੱਥੇ? ਬੋਲੇ ਕਿੱਥੇ? ਕੋਈ ਨਹੀਂ, ਰਾਹੁਲ ਗਾਂਧੀ ਨੂੰ ਬੋਲੇ ਕਰ ਰਹੇ ਹੋ ਜਿੱਥੇ, ਹਾਂਜੀ ਰਾਹੁਲ ਗਾਂਧੀ ਨੂੰ ਡਿਫੈਂਡ ਕਰ ਰਹੇ? ਨਾ ਨਾ, ਰਾਹੁਲ ਗਾਂਧੀ ਡਿਫੈਂਡ ਨਹੀਂ, ਮੈਂ ਸੱਚਾਈ ਦੀ ਗੱਲ ਕਰਨ ਲੱਗੇ ਹਾਂ। ਹਾਂ, ਕਾਂਗਰਸ ਮੈਂ ਕਲੀਅਰ ਜਾਣਨਾ ਚਾਹਣਾ ਨਾ ਕਿ ਤੁਸੀਂ ਰਾਹੁਲ ਗਾਂਧੀ ਦੀ ਸਟੇਟਮੈਂਟ ਦੇ ਨਾਲ ਖੜੇ ਹੋ ਜਿਹੜੀ ਉਹਨਾਂ ਨੇ ਅਮਰੀਕਾ 'ਚ ਦਿੱਤੀ? ਜਿਹੜੀ ਰਾਹੁਲ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਉਹ ਬਾਕੀ ਉਹਨੇ ਉਸ ਤੱਥਾਂ ਦੇ ਆਧਾਰ ਤੇ ਦਿੱਤੀ ਹੈ ਜੋ ਸਾਡੇ ਨਾਲ ਹੋ ਰਿਹਾ ਪ੍ਰੈਕਟੀਕਲ ਤਜਰਬੇ ਪੁੱਛਦੇ ਨਾ, BJP ਨੂੰ ਪੁੱਛਦੇ ਤੁਸੀਂ ਇਹ ਕਹਿ ਰਹੇ ਹੋ ਜਿਹੜੀ ਅਸੀਂ ਗੱਲ ਕਹਿ ਰਹੇ ਜੀ ਨੇ, ਹਾਂ ਜਿਹੜੀ ਅਸੀਂ ਗੱਲ ਕਹਿ ਰਹੇ ਹਾਂ ਜਿੱਥੋਂ ਗੱਲ ਹੋ ਰਹੀ ਹੈ, ਫਿਰ ਜੇ BJP ਨੂੰ ਇਹ ਗੱਲ ਦਾ ਲੱਗਦਾ ਹੈ ਜੀ, ਜੇ BJP ਇਸ ਗੱਲ ਦੇ ਨਾਲ ਸਹਿਮਤ ਹੈਗੀ ਹੈ ਤਾਂ ਫਿਰ ਇਹ ਗੱਲ ਕਲੀਅਰ ਕਰੇ। ਜੇ ਉਹ ਕਹਿੰਦੀ ਹੈ ਵੀ ਇਹ ਇਹਨੇ ਗਲਤ ਕੀਤਾ ਹੈ, ਫਿਰ ਉਹਦੇ ਉੱਤੇ FIR ਦਰਜ ਹੋਣੀ ਚਾਹੀਦੀ ਹੈ। ਜੇ ਏਡੇ ਵੱਡੇ ਲੀਡਰ ਨੂੰ ਤੁਸੀਂ ਮਾਰਨ ਵਾਲੀ ਗੱਲ ਤੇ ਨੌਬਤ ਆ ਚੁੱਕੀ ਹੈ, ਠੀਕ ਹੈ, ਇਹ ਲੜਾਈ ਇਹਦਾ ਮਤਲਬ ਅੱਗੇ ਵੱਧ ਚੁੱਕੀ ਹੈ, ਠੀਕ ਹੈ, ਰਾਹੁਲ ਨਾਲ ਸਾਰੇ ਨੂੰ ਐਡ ਕਰ ਲਵਾਂ, ਲੜਾਈ ਅੱਗੇ ਵੱਧ ਚੁੱਕੀ ਹੈ ਜੀ, ਠੀਕ ਹੈ।
ਦੇਖੋ ਮੈਂ ਮੇਰਾ ਸਵਾਲ ਹੁਣ ਵੀ ਸਟੈਂਡ ਕਰ ਰਿਹਾ। ਇੱਕ ਤਾਂ ਤੁਸੀਂ ਬਹੁਤ ਇੰਪੋਰਟੈਂਟ ਪੁਆਇੰਟ ਇਸ ਦੇ ਵਿੱਚ ਕਹਿ ਦਿੱਤਾ ਕਿ ਇਹ ਜਿਹੜੀ ਪੂਰੀ ਸਟੇਟਮੈਂਟ ਹੈ ਇੱਕ ਸਾਜ਼ਿਸ਼ ਵਾਲੇ ਪਾਸੇ ਇਸ਼ਾਰਾ ਕਰ ਰਹੀ ਹੈ ਕਿ ਉਸਦੀ ਘੋਖ ਹੋਣੀ ਚਾਹੀਦੀ ਹੈ ਕਿ ਬਾਕੀ ਉਸ ਪਾਸੇ ਤਾਂ ਗੱਲ ਨਹੀਂ ਜਾ ਰਹੀ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਵਾਰ ਭਾਰਦਵਾਜ ਸਾਹਿਬ ਦਾ ਰੁਖ ਕਰ ਲਵਾਂ, ਸਾਡੇ ਨਾਲ ਜੁੜ ਚੁੱਕੇ ਨੇ, ਬਹੁਤ ਬਹੁਤ ਸਵਾਗਤ ਹੈ ਭਾਰਦਵਾਜ ਜੀ ਨਿਊਜ਼ 18 ਪੰਜਾਬ ਦੇ ਉੱਤੇ। ਦੇਖੋ ਇੱਕ ਸਟੇਟਮੈਂਟ ਜਿਸ ਦੇ ਉੱਤੇ ਇੱਕ ਦਿਨ ਪਹਿਲਾਂ ਵੀ ਆਪਾਂ ਪੂਰੀ ਡਿਸਕਸ਼ਨ ਕੀਤੀ, ਜਿਸ ਦੇ ਵਿੱਚ ਰਾਹੁਲ ਗਾਂਧੀ ਦੀ ਸਟੇਟਮੈਂਟ ਆਈ, ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਨਜ਼ਰ ਆਏ ਆਪਾਂ ਸਾਰੇ ਉਸ ਦੇ ਉੱਤੇ। ਉਸ ਤੋਂ ਇੱਕ ਅੱਗੇ ਸਟੇਟਮੈਂਟ ਆ ਗਈ ਜਿਸ ਦੇ ਵਿੱਚ ਉਹ ਜ਼ਿਕਰ ਕਰ ਰਹੇ ਨੇ ਕਿ ਰਾਹੁਲ ਗਾਂਧੀ ਨੂੰ ਇੱਕ ਤਰੀਕੇ ਨਾਲ ਧਮਕੀ ਹੈ ਕਿ ਦਾਦੀ ਵਰਗਾ ਹਾਲ ਕਰਾਂਗੇ। ਪਹਿਲਾਂ ਤਾਂ ਤੁਸੀਂ ਇਸ ਸਟੇਟਮੈਂਟ ਨੂੰ ਕਿਵੇਂ ਦੇਖਦੇ ਹੋ ਕਿ ਵਾਕਈ ਹੀ ਇਹ ਸਮਾਜ ਦੇ ਵਿੱਚ ਕੁੜੱਤਨ ਫੈਲਾਉਣ ਵਾਲੀ ਹੈ? ਤੁਹਾਨੂੰ ਵੀ ਲੱਗਦਾ ਕਿ ਇਸ ਦੇ ਪਿੱਛੇ ਕੋਈ ਸਾਜ਼ਿਸ਼ ਹੈ ਜਾਂ ਇੱਕ ਸਟੇਟਮੈਂਟ ਕਿਸੇ ਆਗੂ ਦੇ ਵੱਲੋਂ ਦੇ ਦਿੱਤੀ ਗਈ, ਬਸ ਉੱਥੇ ਤੱਕ ਗੱਲ ਹੈ? ਦੇਖੋ ਇਹ ਜਿਹੀਆਂ ਸਟੇਟਮੈਂਟਾਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ। ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਜੇ ਦੇਸ਼ ਦੇ ਇੱਕ ਬੜੇ ਵੱਡੇ ਨੇਤਾ ਜੇ ਕਿਸੇ ਸਮਾਜ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨਗੇ, ਜਿਵੇਂ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ, ਔਰ ਜਿੱਥੇ ਵੀ ਜਾਂਦਾ ਰਾਹੁਲ ਗਾਂਧੀ ਜਿੱਥੇ ਵੀ ਜਾਂਦਾ ਜਾਂ ਕੇਰਲ 'ਚ ਜਾਏਗਾ ਉੱਥੇ ਮੁਸਲਮਾਨਾਂ ਨੂੰ ਭੜਕਾਉਂਦਾ, ਇਹੋ ਜਿਹੇ ਕੰਮ ਵੀ ਨਹੀਂ ਕਰਨੇ ਚਾਹੀਦੇ ਜਿਹਦੇ ਨਾਲ ਕਿ ਪਬਲਿਕ ਭੜਕੇ। ਇਹੋ ਜਿਹੇ ਭੜਕਾਊ ਬਿਆਨ ਨਹੀਂ ਕਰਨੇ ਚਾਹੀਦੇ, ਕਿਉਂਕਿ ਦੇਖੋ ਰਾਹੁਲ ਗਾਂਧੀ ਨੇ, ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀਗੀ ਵੀ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਇਹ ਕਿਉਂ ਚੁਣੀ, ਹਿੰਦੁਸਤਾਨ ਦੇ ਵਿੱਚ ਕਿਉਂ ਨਹੀਂ ਆਵਾਜ਼ ਚੱਕੀ? ਇਹਨੇ ਉੱਥੇ ਅਮਰੀਕਾ ਦੇ ਵਿੱਚ ਇਹ ਆਵਾਜ਼ ਇਸ ਕਰਕੇ ਚੱਕੀ ਕਿਉਂਕਿ ਉੱਥੇ ਅਮਰੀਕਾ, ਕੈਨੇਡਾ, ਇੰਗਲੈਂਡ ਉੱਥੇ ਖਾਲਿਸਤਾਨੀ ਵਿਚਾਰਧਾਰਾ ਦੇ ਲੋਕ ਬਹੁਤ ਜ਼ਿਆਦਾ ਹੈ ਜਿਹੜੇ ਕਿ ਹਿੰਦੁਸਤਾਨ ਦੇ ਨਾਲ, ਭਾਰਤ ਦੇ ਨਾਲ ਨਫ਼ਰਤ ਕਰਦੇ ਹੈ ਜੀ, ਔਰ ਹਿੰਦੂਆਂ ਨਾਲ ਨਫ਼ਰਤ ਕਰਦੇ ਹੈ। ਇਹਦਾ ਉੱਥੇ ਇਹ ਸਟੇਟਮੈਂਟ ਦੇਣ ਦਾ ਮਕਸਦ ਸਿਰਫ ਇਹੀ ਸੀਗਾ ਕਿ ਇਹ ਹਿੰਦੂਆਂ ਦੇ ਖਿਲਾਫ਼ ਇਹ ਸਾਜ਼ਿਸ਼ ਕੀਤੀ ਜਾ ਰਹੀ ਸੀਗੀ, ਉਹਨਾਂ ਨੂੰ ਸਿੱਖਾਂ ਨੂੰ ਭੜਕਾਇਆ ਜਾਏ। ਜਦਕਿ ਹੁਣ ਤਾਂ ਵੈਸੇ ਮੈਂ ਮੈਨੂੰ ਪਤਾ ਨਹੀਂ ਭਾਈ ਸਾਹਿਬ ਦਾ, ਕਿਉਂਕਿ ਮੇਰੇ ਕੋਲ ਸਾਹਮਣੇ ਸਕਰੀਨ ਨਹੀਂ ਹੈ, ਮੇਰੇ ਕੋਲ ਨਾਮ ਨਹੀਂ ਪਤਾ ਵੀ ਜਿਹੜੇ ਅਕਾਲੀ ਦਲ ਦੇ ਅੰਮ੍ਰਿਤਸਰ ਗਰੁੱਪ ਦੇ ਜਿਹੜੇ ਬੋਲਦੇ ਪਏ ਸੀਗੇ। ਅਸੀਂ ਸ਼ੁਰੂ ਤੋਂ ਗੱਲ ਕਹਿ ਰਹੇ ਸੀਗੇ ਵੀ ਪੰਜਾਬ ਦੇ ਵਿੱਚ ਅਗਰ ਖਾਲਿਸਤਾਨ ਦੀ ਮੂਵਮੈਂਟ ਖੜੀ ਕੀਤੀ, ਉਹ ਕਾਂਗਰਸ ਨੇ ਖੜੀ ਕੀਤੀ ਹੈ। ਹੁਣ ਇਹ ਭਾਈ ਸਾਹਿਬ ਜਿਸ ਤਰ੍ਹਾਂ ਰਾਹੁਲ ਗਾਂਧੀ ਨੂੰ ਡਿਫੈਂਡ ਕਰਦੇ ਪਏ ਸੀਗੇ, ਉੱਥੋਂ ਇਹ ਸਿੱਧ ਹੁੰਦਾ ਪਿਆ ਕਿ ਇਹ ਹਜੇ ਤੀਕਰ ਉਹਨਾਂ ਦੀਆਂ ਜੜ੍ਹਾਂ ਫੈਲੀਆਂ ਹੋਈਆਂ, ਚਾਹੇ ਉਹਨਾਂ ਨੇ ਅਕਾਲੀ ਦਲ ਅੰਮ੍ਰਿਤਸਰ ਨਾਮ ਰੱਖ ਲਿੱਤਾ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਅਕਾਲੀ ਦਲ ਰੱਖ ਲਿੱਤਾ। ਇਹ ਉਹਨਾਂ ਦੇ ਹੀ ਲੋਕ ਹੈ, ਕਾਂਗਰਸ ਦੇ ਲੋਕਾਂ ਨੂੰ ਡਿਫੈਂਡ ਕਰਦੇ ਪਏ ਹੈ ਵੀ ਹਾਂ ਵੀ ਰਾਹੁਲ ਗਾਂਧੀ ਜੋ ਕੁਛ ਕਹਿ ਰਿਹਾ, ਰਾਹੁਲ ਗਾਂਧੀ ਝੂਠ ਗੱਲ ਕਹਿੰਦਾ ਪਿਆ। ਪੰਜਾਬ ਦੇ ਵਿੱਚ ਕਿਸੇ ਦੇ ਨਾਲ ਇਸ ਤਰ੍ਹਾਂ ਜਿਵੇਂ ਹੁਣ ਇਹ ਭਾਈ ਸਾਹਿਬ ਗੱਲ ਕਰਦੇ ਪਏ ਸੀਗੇ ਵੀ ਸਾਡੇ ਸਿੱਖਾਂ ਦੇ ਨਾਲ ਵਿਤਕਰਾ ਹੋ ਗਿਆ, ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ, ਅਸੀਂ ਵੀ ਇਹ ਗੱਲ ਕਰਦੇ ਪਏ ਹਾਂ ਵੀ ਸਾਡੇ ਹਿੰਦੂਆਂ ਨਾਲ ਕਿੱਥੇ ਇਨਸਾਫ਼ ਹੋਇਆ? ਜਿਹੜੇ ਸਾਡੇ ਇੱਥੇ 35,000 ਹਿੰਦੂ ਮਾਰੇ ਗਏ ਸੀਗੇ ਉਹ ਕਿਹਨੇ ਮਾਰੇ ਸੀਗੇ? ਤੇ ਅਸੀਂ ਵੀ ਰੁੰਦੇ ਪਏ ਹਾਂ। ਇਹ ਨਾ ਸੋਚੋ ਵੀ ਹਾਂ ਵੀ ਇਹ ਕੰਮ ਜਿਹੜਾ ਹੈ ਕਾਂਗਰਸ ਨੇ ਕਰਤਾ ਸੀਗਾ ਜਾਂ ਮੋਦੀ ਨੇ ਕਰਤਾ, ਕਿਉਂਕਿ ਇਹਨਾਂ ਦੀ ਜਿਹੜੀ ਭਾਸ਼ਾ ਹੈ ਕਾਂਗਰਸ ਦੀ ਭਾਸ਼ਾ ਜਾਂ ਇਹੋ ਜਿਹੇ ਅਕਾਲੀ ਦਲ ਜਿਹੜੇ ਅੰਮ੍ਰਿਤਸਰ ਵਾਲੇ ਬਣੇ ਹੋਏ ਹੈ, ਇਹਨਾਂ ਦੀ ਭਾਸ਼ਾ ਐਂਟੀ ਮੋਦੀ ਔਰ ਐਂਟੀ ਹਿੰਦੂ ਹੈ। ਕੋਈ ਹਿੰਦੂ ਲੀਡਰ, ਕਿਉਂਕਿ ਰਾਹੁਲ ਗਾਂਧੀ ਹਿੰਦੂ ਨਹੀਂ ਹੈ, ਇਹਨਾਂ ਨੂੰ ਇਹੋ ਜਿਹਾ ਲੀਡਰ ਜਿਹੜਾ ਹੈ ਮਨਿਓਰਟੀ ਦੀ ਜਿਹੜਾ ਗੱਲ ਕਰਦਾ ਉਹਦੀਆਂ ਗੱਲਾਂ ਵਾਸਤੇ ਉਹਦੇ ਨਾਲ ਲੱਗ ਜਾਣਗੇ, ਕਿਉਂਕਿ ਇਹ ਮਨਿਓਰਟੀ ਮਨਿਓਰਟੀ ਕਰਦੇ ਹੈ। ਠੀਕ ਹੈ, ਚਲੋ ਮੈਂ ਜਵਾਬ ਲੈਣਾ, ਮੈਂ ਜਵਾਬ ਲੈਣਾ ਜੀ, ਮੈਂ ਭਾਰਦਵਾਜ ਜੀ ਤੁਹਾਡੇ ਕੋਲ ਵਾਪਸ ਆਉਣਾ, ਮੈਂ ਜਵਾਬ ਲੈਣਾ, ਸੰਧੂ ਸਾਹਿਬ ਵੀ ਵੇਟ ਕਰ ਰਹੇ ਨੇ, ਪਰ ਉਸ ਤੋਂ ਪਹਿਲਾਂ ਗੋਪਾਲ ਜੀ ਮੇਰੀ ਬੇਨਤੀ ਹੈ ਅਜੇ ਭਾਰਦਵਾਜ ਸਾਹਿਬ ਨੂੰ ਕਿ ਅਜੇ ਵੀ ਤੁਸੀਂ ਇਸ ਗੱਲ ਨੂੰ ਕਲੀਅਰ ਕਰਨਾ ਚਾਹੁੰਦੇ ਹੋ, ਸਾਡਾ ਨੁਕਸਾਨ ਤੁਸੀਂ ਦੋਨੇ ਪਾਰਟੀਆਂ ਨੇ ਕੀਤਾ,
ਅਸੀਂ ਸੱਚ ਬੋਲਦੇ ਹਾਂ, ਸੱਚ ਕਹਿੰਦੇ ਹਾਂ, ਸੱਚ ਸੁਣਦੇ ਹਾਂ। ਕੀ ਤੁਸੀਂ ਸਾਡਾ 60,000 ਬੰਦਾ ਜਾੜਿਆ ਨਹੀਂ? ਕੀ ਤੁਸੀਂ ਸਾਡੇ ਗੁਰਦੁਆਰੇ ਢਾਏ ਨਹੀਂ, ਸਾੜੇ ਨਹੀਂ? ਤੁਸੀਂ ਤਾਂ ਪੰਜਾਬ ਦੇ ਵਿੱਚ ਵੀ ਜ਼ਿੰਮੇਵਾਰ, ਚੰਨੀ ਸਾਹਿਬ 'ਚ ਹੈ, ਚੰਨੀ ਸਾਹਿਬ ਤੁਸੀਂ ਸਰਕਾਰੀ ਸਰਵਿਸ ਦੇ ਵਿੱਚ ਸੀਗੇ, ਪੰਜਾਬ ਦੇ ਵਿੱਚ ਬਰਗਾੜੀ ਕਾਂਡ ਵੀ ਹੋਇਆ, ਸਾਡੇ ਸਿੱਖ ਵੀ ਮਾਰੇ ਗਏ ਨੇ, ਜਿਹਦੇ ਵਿੱਚ ਗਠਬੰਧਨ BJP ਸਰਕਾਰ ਸੀਗੀ। ਸਰਕਾਰ ਨੇ ਉਸ ਟਾਈਮ ਕੋਈ ਐਕਸ਼ਨ ਕਿਉਂ ਨਹੀਂ ਕੀਤਾ? ਨਾ ਸੈਂਟਰ 'ਚ ਤੁਸੀਂ ਸੀਗੇ, ਇੱਥੇ ਘੱਟ ਗਿਣਤੀ ਸਰਕਾਰ ਬਾਦਲ ਦੇ ਨਾਲ ਸੀ, ਤੁਸੀਂ ਰੋਕ ਸਕਦੇ ਸੀਗੇ। ਅਸੀਂ ਸਾਡਾ ਸਾਨੂੰ ਕੰਪੈਰ, ਹਾਂ ਜਿਹੜਾ ਤੁਸੀਂ ਇਹ ਗੱਲ ਤੁਸੀਂ ਕਿਸ ਤਰੀਕੇ ਦੇ ਨਾਲ ਕਹਿ ਸਕਦੇ ਹੋ, ਕਦੇ ਤਾਂ ਤੁਸੀਂ ਰਾਹੁਲ ਗਾਂਧੀ ਨੂੰ ਪੱਪੂ ਕਹਿੰਦੇ ਹੋ, ਕਦੇ ਮੰਦਬੁੱਧੀ ਕਹਿੰਦੇ ਹੋ, ਅੱਜ ਤੁਸੀਂ ਕਹਿ ਦਿੱਤਾ ਕਿ ਉਹ ਹਿੰਦੂ ਨਹੀਂ, ਤੁਹਾਡੇ ਕੋਲ ਸਰਟੀਫਿਕੇਟ ਕਿੱਥੋਂ ਆ ਗਿਆ ਕਿ ਤੁਸੀਂ ਉਹਦਾ DNA ਤੁਹਾਡਾ ਸਹੀ ਹੈ ਜਾਂ ਰਾਹੁਲ ਗਾਂਧੀ? ਲੱਗਦਾ ਕਿ ਸੰਧੂ ਸਾਹਿਬ ਡਿਫੈਂਡ ਕਰਦੇ ਤੁਸੀਂ, ਫਿਰ ਰਾਹੁਲ ਗਾਂਧੀ ਵਾਲੇ ਪਾਸੇ ਚਲੇ ਗਏ, ਸਾਨੂੰ ਉਹਦੇ ਨਾਲ ਰਲਗੱਟ ਕਰਦੇ ਹੋ। ਸਾਨੂੰ ਉਹਦੇ ਫਾਦਰ ਸਾਹਿਬ ਨੇ ਕਿਹਾ ਸੀ ਜਦੋਂ, ਕਹਿੰਦਾ ਵੱਡਾ, ਜਦੋਂ ਰਾਜੀਵ ਗਾਂਧੀ ਨੇ ਕਿਹਾ ਸੀ, ਕਹਿੰਦਾ ਜਦੋਂ ਕੋਈ ਦਰਖਤ ਡਿੱਗਦਾ ਵੱਡਾ, ਕਹਿੰਦਾ ਧਰਤੀ ਕੰਬਦੀ ਹੈ। ਰਹੋ, ਸਾਨੂੰ ਰਾਜੀਵ ਗਾਂਧੀ ਨੇ ਟੋਰਚਰ ਮਾਨ ਸਾਹਿਬ ਨੂੰ ਕਰਵਾਇਆ, ਸਾਡੀ ਕੌਮ ਨੂੰ ਕਰਵਾਇਆ, ਸਾਡੀ ਕੌਮ ਮਾਰ ਦਿੱਤੀ ਗਈ ਸੀ, ਕਤਲੇਆਮ ਹੋਇਆ, ਤੁਸੀਂ ਉਹਦੇ ਬਾਬਤ ਕਰਿਆ ਕੀ ਹੈ ਸਾਡੇ ਲਈ? ਇੱਕ ਗੱਲ ਦੱਸੋ, ਠੀਕ ਹੈ, ਰਹੀ ਗੱਲ ਰਿਵਾਜ ਮਨੁੱਖੀ ਅਧਿਕਾਰਾਂ ਦੀ, ਤਾਂ ਤੁਸੀਂ ਗੱਲ ਹੀ ਨਹੀਂ ਕਰ ਸਕਦੇ ਜੀ। ਤੁਸੀਂ ਗੋਪਾਲ ਜੀ ਇੱਕ ਮਿੰਟ, ਇੱਕ ਗੱਲ ਦੱਸੋ ਨਾ, ਤੁਸੀਂ ਪੂਰੀ ਗੱਲ ਕਰਦੇ, ਤੁਸੀਂ ਜ਼ਿਕਰ ਕਰੋ, ਮੈਂ ਕਹਿੰਦਾ ਤਾਂ ਹੀ ਚਰਚਾ ਅੱਗੇ ਵਧਾਉਣਾ, ਤੁਸੀਂ ਤੁਸੀਂ ਗੱਲ ਦਾ ਜਵਾਬ ਦੋਗੇ ਤਾਂ ਹੀ ਚਰਚਾ ਅੱਗੇ ਵਧੇਗੀ। ਮੈਂ ਇੱਕ ਗੱਲ ਕਰ, ਮੈਨੂੰ ਪੂਰੀ ਗੱਲ ਕਰੋ, ਕਰੋ, ਕੰਪਲੀਟ ਕਰੋ, ਤੁਸੀਂ ਮੇਰਾ ਇਹ ਗੱਲ ਸੁਣੋ, ਤੁਸੀਂ ਦੇਸ਼ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਅੱਜ ਤੁਸੀਂ ਤਮਾਸ਼ੇ ਵੇਖ ਰਹੇ ਹੋ, ਕਤਲੇਆਮ ਤੁਸੀਂ ਗੁਜਰਾਤ ਦੇ ਵਿੱਚ ਕਰ ਦਿੱਤਾ ਗਿਆ, ਬੰਦੇ ਬਰੀ ਮਣੀਪੁਰ ਦੇ ਵਿੱਚ ਹੋ ਰਿਹਾ, ਕਤਲੇਆਮ ਸਾਰੇ ਕਿਤੇ ਹੋ ਰਿਹਾ, ਰੋਕ ਤੁਸੀਂ ਨਹੀਂ ਸਕਦੇ। ਹਾਂ, ਰਹੀ ਗੱਲ ਤੁਸੀਂ ਉਦੋਂ ਅੱਗੇ ਦੀ ਗੱਲ, ਚੰਡੀਗੜ੍ਹ ਦੇ ਵਿੱਚ ਜਿਹੜੇ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਤੋਂ ਬਾਅਦ ਜਿਹੜੀ ਗੱਲ ਕਰਦੇ ਹੋ ਫੈਡਰਲਿਜ਼ਮ ਦੀ, ਫੈਡਰਲਿਜ਼ਮ ਦੇ ਢਾਂਚੇ ਦੀ ਗੱਲ ਕਰਦੇ ਹੋ, ਕਾਂਗਰਸੀਆਂ ਨੇ 75% ਖਤਮ ਕੀਤਾ ਸੀਗਾ, ਤੁਸੀਂ ਕਰਤਾ 100-100, ਸਾਡਾ ਤਾਂ ਤੁਸੀਂ ਚੰਡੀਗੜ੍ਹ ਖੋ ਕੇ ਵੀ ਲੈ ਗਏ ਹੋ। ਰਹੀ ਗੱਲ ਤੁਹਾਡੀ ਸਰਕਾਰ ਹੈ ਸੈਂਟਰ ਦੇ ਵਿੱਚ, ਤੁਹਾਡੀ ਸਰਕਾਰ ਇੱਥੇ ਵੀ ਰਹੀ ਹੈ, ਪੰਜਾਬ ਦੇ ਵਿੱਚ ਵੀ ਰਹੀ ਹੈ, ਉਹ ਬਾਇਓ ਡਾਟਾ ਸਾਨੂੰ ਵੀ ਜ਼ਿਲ੍ਹਾ ਵਾਇਰ ਕੱਢ ਕੇ ਦੇ ਦਿਓ ਵੀ ਜਿੰਨੇ ਹਿੰਦੂ ਮਾਰੇ ਗਏ ਨੇ। ਮੈਂ ਕਹਿੰਦਾ ਵੀ ਮਾਰੋ ਮਾਰੀ 'ਚੋਂ ਅਸੀਂ ਤਾਂ ਕਹਿੰਦੇ ਵੀ ਮਾਰੋ ਮਾਰੀ ਵਾਲੇ ਪਾਸੇ ਤਾਂ ਅਸੀਂ ਚੱਲਦੇ ਹਾਂ। ਚਲੋ ਠੀਕ ਹੈ, ਥੋੜੇ ਵੇਟ ਕਰੋ, ਮੈਂ ਚਰਚਾ ਨੂੰ ਅੱਗੇ ਵਧਾਉਣਾ, ਵੀ ਦੇਣਾ ਚਾਹੀਦਾ, ਉਹ ਸਭ ਜਵਾਬ ਦੇ ਦੋ, ਠੀਕ ਹੈ, ਟੇਬਲ ਤੇ ਹੋਣਾ ਚਾਹੀਦਾ, ਮੈਂ ਚੱਲੀ ਜਾ ਰਿਹਾ ਤੁਹਾਡੇ ਕੋਲ, ਤੁਹਾਨੂੰ ਜਵਾਬ ਦੇਣਾ ਪੈਣਾ ਚਾਹੀਦਾ, ਮੇਰੇ ਕੋਲ ਵੱਡੇ ਇਹਨੇ ਹੋ ਜੇ, ਦੇਖੋ ਤੁਹਾਡੇ ਸਾਹਮਣੇ ਸਵਾਲ ਹੁਣ ਵੀ ਸਟੈਂਡ ਕਰਦਾ, ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਪੱਗ ਬੰਨਣ ਦੀ ਇਜਾਜ਼ਤ ਨਹੀਂ ਹੈ? ਤੁਸੀਂ ਦੱਸੋ, ਕੜਾ ਪਾਉਣ ਦੀ ਇਜਾਜ਼ਤ ਨਹੀਂ ਹੈ ਭਾਰਤ ਦੇ ਵਿੱਚ? ਤੁਸੀਂ ਇਹ ਮੰਨਦੇ ਹੋ ਕਿ ਨਹੀਂ ਹੈ ਕੜਾ ਪਾਉਣ ਦੀ ਇਜਾਜ਼ਤ? ਸਾਨੂੰ ਕਿੱਥੇ ਨਹੀਂ ਰੋਕਿਆ, ਤੁਸੀਂ ਰੋਜ਼ ਤਾਂ ਅਖਬਾਰਾਂ ਪੜ੍ਹਦੇ ਹੋ ਜੀ, ਸਾਨੂੰ ਦੇਖੋ, ਸਾਡੇ ਗੁਰੂ ਘਰ ਹਟਾ ਦਿੱਤੇ ਨੇ, ਹੈ ਨਹੀਂ ਇੱਥੇ ਗੱਲ, ਇੱਕ ਮਿੰਟ ਨਹੀਂ, ਇੱਕ ਇੱਕ ਸੈਕਿੰਡ, ਚਲੋ ਠੀਕ ਹੈ, ਇੱਕ ਸੈਕਿੰਡ, ਚੰਨੀ ਜੀ, ਠੀਕ ਹੈ, ਚੰਨੀ ਜੀ, ਗੌਰਵ ਜੀ ਦੇਖੋ, ਇਹ ਸੱਚਾਈ ਹੈ ਕਿ ਜਿਹੜਾ ਸਿੱਖ ਹੈ ਉਹ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਹੈਗਾ, ਉਹ ਆਪਣੇ ਆਪ ਦੇ ਵਿੱਚ ਸਾਨੂੰ ਸਾਡਾ DNA ਇੱਦਾਂ ਦਾ ਹੈਗਾ ਕਿ ਅਸੀਂ ਆਪਣੇ ਆਪ ਨੂੰ ਡਿਫੈਂਡ ਤਾਂ ਕਰਨਾ ਹੀ ਕਰਨਾ ਹੈ। ਜਿੱਥੇ ਸਿੱਖ ਖੜ ਜਾਂਦਾ ਉੱਥੇ ਲੋਕ ਸੁਰੱਖਿਅਤ ਸਮਝਦੇ ਆਪਣੇ ਆਪ ਨੂੰ, ਤੇ ਸਿੱਖਾਂ ਨੂੰ ਕਦੇ ਵੀ ਕੋਈ ਸਰਕਾਰ, ਕੋਈ ਚਾਹੇ ਦੇਸ਼ ਵਿਦੇਸ਼ ਕਿਤੇ ਕੋਈ ਨਹੀਂ ਡਰਾ ਸਕਦਾ। ਔਰ ਸਭ ਜਗ੍ਹਾ ਤੇ ਜਿਹੜਾ ਸਾਡਾ ਗੁਰੂ ਸਾਹਿਬ ਨੇ ਸਾਨੂੰ ਪਾਤਸ਼ਾਹੀ ਬਖਸ਼ੀ ਹੈਗੀ ਹੈ, ਸਰਤਾਜ ਬਖਸ਼ਿਆ ਹੈਗਾ, ਉਹ ਸਾਡੇ ਅਸੀਂ ਉਹਨੂੰ ਮੰਨਦੇ ਹਾਂ। ਤੇ ਇਹ ਇੱਦੀ ਇੰਨੀ ਉਹਨਾਂ ਨੇ ਘਟੀਆ ਗੱਲ ਕੀਤੀ ਕਿ ਜੀ ਸਿੱਖਾਂ ਨੂੰ ਗੁਰਦੁਆਰੇ ਜਾਣ ਦੀ ਪ੍ਰੋਬਲਮ ਹੈ, ਗੁਰਦੁਆਰੇ ਸ਼ਾਇਦ ਨਹੀਂ ਜਾ ਪਾਣਗੇ ਜਾਂ ਕੜਾ ਜਾਂ ਪੱਗ, ਮਤਲਬ ਇਹ ਗੱਲਾਂ ਬਿਲਕੁਲ ਹੀ ਮੈਂ ਕਹਿਣੇ ਨਹੀਂ ਚਾਹੁੰਦਾ। ਚੰਨੀ ਜੀ, ਗੋਪਾਲ ਜੀ, ਗੋਪਾਲ ਜੀ ਇਤਫਾਕ ਰੱਖ ਰਹੇ ਨੇ ਉਸ ਗੱਲ ਦੇ ਨਾਲ, ਉਹ ਕਹਿ ਰਹੇ ਨੇ, ਕਹਿੰਦੇ ਕਿ ਏਅਰਪੋਰਟ ਤੇ ਰੋਕ ਲਿਆ ਜਾਂਦਾ ਹੈ, ਕਦੇ ਕਿਸੇ ਐਗਜ਼ਾਮੀਨੇਸ਼ਨ ਸੈਂਟਰ ਦੇ ਬਾਹਰ ਰੋਕ ਲਿਆ ਜਾਂਦਾ ਕਿ ਤੁਸੀਂ ਕੜਾ ਪਾਇਆ ਹੋਇਆ, ਰੁਕ ਜਾਓ, ਖੋਲੋ। ਮੈਂ ਦੇਖੋ, ਇਹ ਚੀਜ਼ਾਂ ਨੇ ਜਿਹੜੀਆਂ ਕਿਤੇ ਉਹ ਸਾਰਿਆਂ ਤੇ ਲਾਗੂ ਹੁੰਦੀਆਂ ਨੇ, ਕਿਤੇ ਆਪਣੀ ਇਕੱਲੀ ਕਮਿਊਨਿਟੀ ਤੇ ਲਾਗੂ ਨਹੀਂ ਹੁੰਦੀਆਂ। ਮਤਲਬ ਇਹ ਨਹੀਂ ਕਹਿ ਸਕਦੇ ਇੱਕ ਕਮਿਊਨਿਟੀ ਆਹ ਕਰੂਗੀ ਦੂਜੀ ਨਹੀਂ ਕਰੇਗੀ, ਉਹ ਇੱਕ ਲਾਅ ਦੀ ਗੱਲ ਹੈਗੀ ਹੈ। ਪਰ ਇਹ ਮੈਂ ਹੈਰਾਨ ਹੈਗਾ ਸਿੱਧੂ ਸਾਹਿਬ ਤੋਂ ਕਿ ਇਹ ਮਤਲਬ ਕਾਂਗਰਸ ਪਾਰਟੀ ਕਹਿ ਲਓ ਜਾਂ ਰਾਹੁਲ ਗਾਂਧੀ ਜੀ ਨੂੰ ਇਸ ਤਰ੍ਹਾਂ ਡਿਫੈਂਡ ਕਰ ਰਹੇ ਨੇ। ਪਤਾ ਨਹੀਂ ਇਹਨਾਂ ਨੂੰ ਕੀ ਦਿਖਣ ਲੱਗ ਗਿਆ। ਜਿਸ ਬੰਦੇ ਜਿਹਨੇ ਜਿਸ ਮੈਂ ਚਲੋ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ,
ਪਾਰਟੀ ਤਾਂ ਉਹਨੂੰ ਰਿਪ੍ਰੈਜ਼ੈਂਟ ਕਰਦੇ ਆ ਕਿ ਨਹੀਂ। ਹੁਣ ਜਿਹੜਾ ਤਰਵਿੰਦਰ ਅਮਰਵਾਹ ਹੈ, ਇਹ ਵੀ ਤਿੰਨ ਵਾਰੀ ਇਹਨਾਂ ਨੇ ਐਮ ਐਲ ਏ ਬਣਾਇਆ ਹੋਇਆ ਹੈ, 20-22 ਸਾਲਾਂ ਦਾ ਉਹਨਾਂ ਦਾ ਲਗਾ ਉਹਨਾਂ ਦੇ ਨਾਲ। ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਆ ਰਿਹਾ, ਠੀਕ ਹੈ, ਮੈਂ ਛੋਟਾ ਸਟੇਟਮੈਂਟ ਲੈਣ ਵਾ। ਸੰਧੂ ਸਾਹਿਬ ਬਹੁਤ ਦੇਰ ਦੀ ਵੇਟ ਕਰ ਰਹੇ ਨੇ, ਸਿੱਧੂ ਸਾਹਿਬ ਛੋਟੀ ਸਟੇਟਮੈਂਟ ਦੇ ਦਿਓ। ਦੇਖੋ ਘੁੰਮ ਫਿਰ ਕੇ ਗੱਲ ਆ ਗਈ, ਕਹਿੰਦੇ ਤੁਸੀਂ ਅੱਜ ਰਾਹੁਲ ਗਾਂਧੀ ਨੂੰ ਡਿਫੈਂਡ ਕਰ ਰਹੇ ਹੋ ਇਸ ਡਿਬੇਟ 'ਚ। ਸਿੱਧੂ ਸਾਹਿਬ ਮੈਨੂੰ ਕਹਿ ਰਹੇ ਹੋ? ਹਾਂਜੀ ਬਿਲਕੁਲ, ਚੰਨੀ ਜੀ ਕਹਿ ਰਹੇ, ਕਹਿੰਦੇ ਤੁਸੀਂ ਰਾਹੁਲ ਚੰਨੀ ਸਾਹਿਬ ਦੇਖੋ ਕਾਹਚ ਕਰਦੇ ਆ। ਚੰਨੀ ਸਾਹਿਬ ਸੰਧੂ ਜੀ, ਸੰਧੂ ਸਾਹਿਬ ਆ ਰਹੇ, ਮੈਨੂੰ 30 ਸੈਕਿੰਡ ਦਿਓ। ਮੈਨੂੰ ਸੰਧੂ ਸਾਹਿਬ ਮੈਂ ਆ ਰਿਹਾ, 30 ਸੈਕਿੰਡ ਦਿਓ। ਮੈਂ ਕਹਿੰਦਾ ਚੰਨੀ ਸਾਹਿਬ ਜੀ ਕੀ ਗੱਲ ਕਰੀਏ, ਆਪ ਜੀ ਬੜੀ ਤੇਜ਼ੀ ਦੇ ਨਾਲ IAS ਅਫਸਰ ਤੋਂ ਰਿਟਾਇਰ ਹੋਏ ਹੋ, ਕਮਿਸ਼ਨਰ ਵੀ ਬਣੇ ਹੋ, ਆਪ ਜੀ ਦਾ ਡਿਪਾਰਟਮੈਂਟ 'ਚ ਡੈਪੂਟੇਸ਼ਨ 'ਤੇ ਰਹਿੰਦੇ ਰਹੇ ਹੋ, ਅਤੇ ਆਹ ਬੜੀ ਦੁੱਖ ਦੀ ਗੱਲ ਲੱਗਦੀ ਹੈ ਕਿ ਤੁਸੀਂ ਵੀ ਡੈਪੂਟੇਸ਼ਨ 'ਤੇ ਆਏ ਹੋ। ਪਹਿਲਾਂ ਵੀ ਤਾਂ ਬਾਦਲ ਸਾਹਿਬ ਤੁਸੀਂ ਇੱਧਰ ਕਰਨ ਲੱਗੇ ਹੋ, ਮੈਂ ਡੈਪੂਟੇਸ਼ਨ। ਚਲੋ ਦੇਖੋ ਇੰਡੀਵਿਜੁਅਲ ਨਾ ਹੋ, ਇੰਡੀਵਿਜੁਅਲ ਕਿਉਂ ਨਾ ਹੋਵਾਂ, ਹਰ ਕਿਸ ਦਾ ਇੱਕ। ਤੁਸੀਂ ਇੱਕ ਮਿੰਟ, ਮੈਂ ਕਹਿਣਾ ਇਹ ਜਿਹੜੀ ਗੱਲ ਕਹਿਣ ਲੱਗੇ ਨੇ, ਇਹ ਸਾਜਿਸ਼ ਦੇ ਟੀਨ ਹੈ। ਤੁਸੀਂ ਇੱਕ ਗੱਲ ਕਰ ਦੋ, ਆਹ ਹਰਿਦੁਆਰ ਨੇੜੇ ਗੁਰੂ ਘਰ ਹੈ, ਸਾਰੀ ਦੁਨੀਆ ਕਹਿੰਦੀ ਹੈ, ਸਭ ਤੋਂ ਸਿੱਖਾਂ ਨੂੰ ਵੱਧ ਉੱਥੇ ਦੇ ਹਿੰਦੂ ਕਹਿੰਦੇ ਨੇ ਵੀ ਇੱਥੇ ਗੁਰੂ ਘਰ ਸੀ, ਆਹ ਗੁਰੂ ਘਰ ਦੀ ਜਗ੍ਹਾ ਪਈ ਹੈ। ਉਹ ਅੱਜ ਤੱਕ ਹੈ ਕਿੱਥੇ? ਸਾਨੂੰ ਮਨਾਉਣ ਤਾਂ ਦਿੰਦੇ ਨਹੀਂ, ਸਾਨੂੰ ਤਾਂ ਜਾਣ ਨਹੀਂ ਦਿੰਦੇ। ਕਿੰਨੇ ਕਿੰਨੇ ਗੁਰੂ ਘਰ ਦੱਸਾਂ ਦੇਸ਼ ਦੇ ਵਿੱਚ, ਕਿੱਥੇ ਕਿੱਥੇ ਦਰਖਤਾਂ ਦੀ, ਕਿਤੇ ਵੀ ਨਹੀਂ। ਚਲੋ ਠੀਕ ਹੈ, ਤੁਸੀਂ ਨਾ ਠੀਕ ਹੈ, ਤੁਹਾਡੀ ਸਰਕਾਰ ਨੇ ਧਰਨੇ ਦੇ ਵਿੱਚ ਬੈਠੇ ਤਾਂ 20 ਬੰਦੇ ਗੋਲੀਆਂ ਨਾਲ ਇੱਥੇ ਮਾਰ ਦਿੱਤੇ, ਰਾਜਪੁਰ ਤੇ ਸੰਧੂ ਸ਼ੰਭੂ ਬਾਰਡਰ ਦੇ ਉੱਤੇ। ਅੱਤਵਾਦੀ ਤੁਸੀਂ ਕਹਿੰਦੇ ਹੋ, 20 ਬੰਦੇ ਕਿੱਥੇ ਮਰ ਗਏ? 20 ਬੰਦੇ ਸਿੱਖ ਸੀਗੇ ਉਹ, ਸਿੱਖਾਂ ਦੇ। ਦੇਖੋ ਸਟੇਟਮੈਂਟ, ਮੈਂ ਉਹੀ ਕਹਿ ਰਿਹਾ ਕਿ ਜੋ ਤੁਸੀਂ ਕਰਿਆ ਕੀ ਨਹੀਂ ਰਾਹੁਲ ਗਾਂਧੀ ਆਹੀ, ਜਦੋਂ ਤੁਸੀਂ ਲੋਕਾਂ ਦੇ ਸਾਹਮਣੇ ਗੱਲ ਰੱਖ ਰਹੇ ਹੋ, ਆਹੀ ਇਸ ਗੱਲ ਨੂੰ ਧਿਆਨ ਰੱਖੋ ਕਿ ਤੁਹਾਡੇ ਕੋਲ ਫੈਕਟਸ ਐਂਡ ਫਿਗਰ ਬਿਲਕੁਲ ਕਲੀਅਰ ਹੋਣ। ਸ਼ੰਭੂ ਔਰ ਖਨੌਰੀ, ਇੱਕ ਸ਼ੁਕਰਨ ਦੀ ਮੌਤ ਹੋਈ ਹੈ, 20 ਲੋਕਾਂ ਦੀ ਮੌਤ ਨਹੀਂ ਹੋਈ, 20 ਮੇਰੀ ਜ਼ਿੰਮੇਵਾਰੀ ਹੈ ਨਾ ਉੱਥੇ ਤੱਕ। ਗੋਲੀਆਂ ਦੇ ਨਾਲ 20 ਬੰਦੇ ਜ਼ਖਮੀ ਕੀਤੇ ਸੀ, ਡਾਟੇ ਕੱਢ ਲਓ, 20 ਬੰਦੇ ਸ਼ਹੀਦ ਹੋ ਗਏ ਨੇ, 20 ਬੰਦੇ ਸ਼ਹੀਦ ਹੋ ਗਏ, 20 ਬੰਦੇ ਸ਼ਹੀਦ ਹੋਏ ਨੇ। ਚਲੋ ਠੀਕ ਹੈ ਸੰਧੂ ਸਾਹਿਬ, ਠੀਕ ਹੈ ਸੰਧੂ ਸਾਹਿਬ, ਦੇਖੋ ਮੈਂ ਨਾ ਸੁਣ ਰਿਹਾ ਸੀ ਸਾਰਿਆਂ ਦੀ, ਮੈਂ ਗੱਲ ਸੁਣੀ ਜੀ। ਇਹ ਕਹਿ ਰਹੇ ਨੇ ਜੀ ਵੀ ਸਾਡੇ ਗੋਪਾਲ ਜੀ ਨੇ, ਇਹ ਕਹਿੰਦੇ ਕਾਂਗਰਸ ਦਾ ਸਾਥ ਦੇ ਰਹੇ ਨੇ, ਕਾਂਗਰਸ ਦਾ ਸਾਥ ਨਹੀਂ ਦੇ ਰਹੇ, ਇਹ ਸੱਚ ਦਾ ਸਾਥ ਦੇ ਰਹੇ ਨੇ। ਇਹਨਾਂ ਨੇ 84 ਦਾ ਜ਼ਿਕਰ ਵੀ ਕੀਤਾ ਤੇ ਅੱਜ ਦਾ ਜ਼ਿਕਰ ਵੀ ਕੀਤਾ, ਅਸੀਂ ਵੀ ਕਿਹਾ ਵੀ ਉਹ ਗਲਤ ਸੀ। ਅੱਜ ਠੀਕ ਹੈ, ਅੱਜ ਨੂੰ ਠੀਕ ਨੂੰ ਠੀਕ ਕਹੋ, ਅੱਜ ਨੂੰ ਠੀਕ ਠੀਕ ਨਹੀਂ ਕਹਿ ਰਹੇ ਇਹ ਜਿਹੜੇ ਇਹ ਬੈਠੇ ਨੇ ਭਾਰਦਵਾਜ ਜੀ, ਮੈਂ ਵੀ ਇਹਨਾਂ ਦੀ ਸ਼ਕਲ ਨਹੀਂ ਵੇਖ ਰਿਹਾ, ਇਹ ਕੀ ਹੈ? ਇਹ ਬੀਜੇਪੀ ਦੇ ਬੋਲੀ ਨਹੀਂ ਬੋਲ ਰਹੇ, ਸਿਰਫ ਤੇ ਸਿਰਫ ਹਿੰਦੂ ਕਮਿਊਨਿਟੀ ਦੀ ਗੱਲ ਕਿਉਂ ਕਰਦੇ ਜੀ? ਮੈਂ ਸਿੱਖਿਆ, ਮੈਂ ਸਾਰੇ ਭਾਰਤ ਦੀ ਗੱਲ ਕਰਦਾ, ਮੈਂ ਸਾਰੇ ਜਾਤਾਂ ਦੀ ਗੱਲ ਕਰਦਾ। ਤੁਸੀਂ ਅੱਜ ਤੇ ਗੱਲ ਕਰ ਦਿੱਤੀ, ਹੁਣ ਮੈਂ ਤੁਹਾਨੂੰ ਕੇਸ ਗਾਉਣ ਲੱਗਾ, ਮੈਨੂੰ ਜਰਾ ਜਵਾਬ ਦਿਓ। ਆਪਾਂ ਪਹਿਲਾਂ ਮਣੀਪੁਰ ਤੋਂ ਚੱਲੀਏ, ਮਣੀਪੁਰ 'ਚ ਤੁਸੀਂ ਜਾ ਕੇ ਕਿਉਂ ਨਹੀਂ ਬੋਲੇ? ਇੱਥੇ ਤੁਸੀਂ ਸਿਕਿਉਰਿਟੀਆਂ ਲੈਣ ਵਾਸਤੇ ਪੰਜਾਬ 'ਚ ਗਰਮ ਗਰਮ ਤੱਤੇ ਤੱਤੇ ਬਿਆਨ ਦਿੰਦੇ ਜੇ, ਉੱਥੇ ਤੁਸੀਂ ਜਾ ਕੇ ਕਿਉਂ ਨਹੀਂ ਬੋਲੇ? ਅੱਛਾ, ਫਿਰ ਤੁਸੀਂ ਕਹੀਏ ਉਨਾਵ ਕਾਂਡ ਹੋਇਆ, ਉੱਥੇ ਤੁਸੀਂ ਕੋਈ ਜਵਾਬ ਨਹੀਂ ਦਿੱਤਾ। ਹਾਥਰਸ ਹੋਇਆ, ਉੱਥੇ ਤੁਸੀਂ ਕੋਈ ਨਹੀਂ। ਕਠੂਆ ਦੇ ਵਿੱਚ ਤੁਸੀਂ ਬੀਜੇਪੀ ਨੇ ਰੈਲੀ ਕੱਢੀ ਬੱਚਿਆਂ ਦੇ ਰੇਪਿਸਟ ਵਾਸਤੇ, ਕਮਾਲ ਹੈ ਯਾਰ। ਫਿਰ ਤੁਸੀਂ ਬਿਲਕੀਸ ਵੱਲੋਂ ਰੇਪ ਕੇਸ ਦੇ ਵਿੱਚ ਸਾਰਿਆਂ ਮੁਜਰਮਾਂ ਨੂੰ ਛੱਡ ਦਿੱਤਾ। ਯਾਰ ਤੁਸੀਂ ਬੰਦੇ ਹੋ, ਆਹ ਤਾਜ਼ਾ ਤਾਜ਼ਾ ਗੱਲ ਕਰੀਏ, ਇੱਕ ਗੌਰ ਅਕਸ਼ਰ ਦੇ ਨਾਂ 'ਤੇ ਇੱਕ ਬੰਦੇ ਦਾ ਕਤਲ ਕਰਤਾ ਗਿਆ। ਠੀਕ ਹੈ, ਮੈਂ ਮੰਨਦਾ, ਮੈਂ ਵੀ ਗੌਰ ਪ੍ਰਸ਼ੰਸਕ ਹਾਂ, ਮੈਂ ਵੀ ਸੇਵਾ ਕਰਨਾ ਚਾਹੁੰਦਾ, ਪਰ ਇਸ ਤਰ੍ਹਾਂ ਥੋੜ੍ਹੀ ਮਾਰੀਦਾ ਜਿਸ ਤਰ੍ਹਾਂ ਤੁਸੀਂ ਮਾਰਦੇ ਹੋ। ਕੀ ਤੁਸੀਂ ਆਪਣੇ ਜਿਹੜੇ ਤੁਹਾਡੇ ਪੁਰਾਣੇ ਮਿਨਿਸਟਰ ਸੀ, ਉਹ ਗਾਂ ਖਾਂਦੇ ਸੀ, ਮਾਸ ਖਾਂਦੇ ਸੀ, ਕਹਿੰਦੇ ਹਾਂ ਮੈਂ ਖਾਣਾ, ਤੁਸੀਂ ਜਾ ਕੇ ਵੇਖੋ, ਉਹਨਾਂ ਨੂੰ ਤੁਸੀਂ ਰੋਕ ਲਿਆ ਗਾਂ ਖਾਣਾ ਗਲਤ ਗੱਲ ਹੈ, ਮੈਂ ਵੀ ਕਹਿੰਦਾ, ਪਰ ਇਸ ਤਰ੍ਹਾਂ ਜਿਸ ਤਰ੍ਹਾਂ ਦੇ ਤੁਸੀਂ ਲੋਕੀ ਜਾ ਕੇ ਮਾਰਦੇ ਹੋ, ਜਿਸ ਤਰ੍ਹਾਂ ਤੁਸੀਂ ਬੁਲਡੋਜ਼ਰ ਨਾਲ ਘੱਟ ਕਮਿਊਨਿਟੀ ਦੇ ਲੋਕਾਂ ਨੂੰ ਮਾਰਦੇ ਹੋ, ਇਹ ਗਲਤ ਆ। ਹਿੰਦੂ ਦੀ ਗੱਲ ਨਾ ਕਰੋ, ਮੈਂ ਸਿੱਖ ਦੀ ਗੱਲ ਨਾ ਕਰਾਂ, ਆਪਾਂ ਗੱਲ ਕਰੀਏ। ਤੁਹਾਡੀ ਇਹ ਗੱਲ ਤਾਂ ਬਹੁਤ ਵਾਜ਼ਿਬ ਹੈ, ਬਰਾਬਰੀ ਸਭ ਕੀ, ਤੁਸੀਂ ਆਪਾਂ ਸਾਰਿਆਂ ਦੀ ਗੱਲ ਕਰੀਏ, ਕਮਿਊਨਿਜ਼ਮ ਦੀ ਗੱਲ ਕਰੀਏ, ਆਪਾਂ ਪੰਜਾਬ ਦੀ ਗੱਲ ਕਰੀਏ, ਜਾਂ ਆਪਾਂ ਦੇਸ਼ ਦੀ ਗੱਲ ਕਰੀਏ, ਤਾਂ ਉਹਦੇ ਵਿੱਚ ਸਾਰੇ ਆ ਗਏ। ਕੋਈ ਭਾਰਤੀ ਹੈ ਤਾਂ ਉਸਦਾ, ਕੋਈ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਈਸਾਈ ਹੈ, ਕੋਈ ਵੀ ਧਰਮ ਦਾ ਤਾਂ ਭਾਰਤੀ। ਪਰ ਮੇਰੇ ਇੱਕ ਗੱਲ ਦਾ ਜਵਾਬ ਦੇ ਦਿਓ,
ਦੇਖੋ ਵਾਰ ਵਾਰ ਇਹ ਜ਼ਿਕਰ ਹੋ ਰਿਹਾ, ਚੰਨੀ ਸਾਹਿਬ ਨੇ ਵੀ ਜ਼ਿਕਰ ਕਰ ਦਿੱਤਾ ਕਿ ਰਾਹੁਲ ਗਾਂਧੀ ਦੀ ਸਟੇਟਮੈਂਟ ਵਿਦੇਸ਼ ਦੇ ਵਿੱਚ ਜਾ ਕੇ ਦੇਣੀ, ਕਿ ਵਿਦੇਸ਼ ਤੋਂ ਬਹੁਤ ਸਾਰੇ ਮਹਿਮਾਨ ਸਾਡੇ ਦੇਸ਼ ਦੇ ਵਿੱਚ ਆਉਂਦੇ ਨੇ, ਵੱਡੇ ਵੱਡੇ ਲੀਡਰ ਇੱਥੇ ਪਹੁੰਚਦੇ ਨੇ, ਉਹ ਆ ਕੇ ਇੱਥੇ ਗੱਲ ਨਹੀਂ ਕਰਦੇ ਕਿ ਅਮਰੀਕਾ 'ਚ ਕੀ ਹੋ ਰਿਹਾ, ਨਿਊਜ਼ੀਲੈਂਡ 'ਚ ਕੀ ਹੋ ਰਿਹਾ, ਫਲਾਣੀ ਥਾਂ 'ਤੇ ਕੀ ਹੋ ਰਿਹਾ, ਕਿ ਸਾਡੇ ਲੀਡਰ ਬਾਹਰ ਜਾ ਕੇ ਇੱਕ ਤਰੀਕੇ ਨਾਲ ਟਾਰਗੇਟ ਕਰਦੇ ਨੇ ਆਪਣੇ ਦੇਸ਼ ਨੂੰ, ਆਪਣੇ ਦੇਸ਼ ਦੇ ਪੂਰੇ ਹਾਲਾਤ ਨੂੰ, ਕਿ ਉਹ ਜ਼ਰੂਰੀ ਹੈ ਕਿ ਬਾਕੀ ਇਸ ਤਰੀਕੇ ਨਾਲ ਹੋ ਰਿਹਾ ਕਿ ਸਿੱਖਾਂ ਨੂੰ ਇੱਥੇ ਪੱਗ ਪਾਉਣ ਦੀ ਇਜਾਜ਼ਤ ਨਹੀਂ। ਬਹੁਤ ਸੋਹਣਾ ਤੁਹਾਡਾ, ਨਹੀਂ ਗੌਰਵ ਜੀ ਤੁਹਾਡਾ ਬਹੁਤ ਸੋਹਣਾ ਕੁਐਸਚਨ ਹੈ। ਦੇਖੋ ਮੋਦੀ ਜੀ ਵੀ ਦੁਨੀਆ 'ਚ ਘੁੰਮਦੇ ਨੇ, ਕੀ ਕੁਛ ਕਹਿੰਦੇ ਨੇ ਅਸੀਂ ਕਦੀ ਕਿੰਤੂ ਪ੍ਰੰਤੂ ਨਹੀਂ ਕੀਤਾ, ਪਰ ਜਦੋਂ ਰਾਹੁਲ ਜੀ ਜਾਂਦੇ ਨੇ ਹਰ ਬਿਆਨ 'ਤੇ ਕੰਟਰੋਵਰਸੀ ਹੁੰਦੀ ਹੈ। ਹੁਣ ਮੈਂ ਉਸੇ ਤੁਹਾਡੇ ਬਿਆਨ ਦੀ ਗੱਲ ਕਰਦਾ, ਮੈਂ ਵੀ ਬੀਂਗ ਆ ਸਿੱਖ ਹਾਂ, ਮੈਨੂੰ ਪਤਾ ਬਿਲਕੁਲ ਆਜ਼ਾਦੀ ਹੈ, ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਮਾਫ਼ ਕਰਿਓ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਉਹਨਾਂ ਨੇ ਗੱਲ ਕੀਤੀ ਅਲਪ ਸੰਖਿਅਕ ਦੀ, ਵੀ ਜੇ ਬੀਜੇਪੀ ਦਾ ਹਿੰਦੂ ਰਾਜ, ਇਹ ਹਿੰਦੂ ਰਾਜ ਕਹਿੰਦੇ ਜੇ ਇਹ ਬਣ ਗਿਆ, ਇਹਨਾਂ ਦਾ ਜਿਹੜਾ ਏਜੰਡਾ ਹੈ ਉਹ ਚਾਹੇ ਫਿਕਸ ਹੋ ਗਏ। ਗੱਲ ਉਦੋਂ ਦੀ ਕੀਤੀ ਆ, ਹੁਣ ਦੀ ਗੱਲ ਨਹੀਂ ਕੀਤੀ, ਗੱਲ ਉਦੋਂ ਦੀ ਕੀਤੀ ਅਤੇ ਹੁਣ ਨਹੀਂ। ਆ ਕਿਸਾਨ ਸਾਡੇ ਜਿਹੜੇ ਚੜ੍ਹਨ ਲੱਗੇ ਸੀ ਲੀਡਰ, ਇਹਨਾਂ ਨੂੰ ਕਿਹਾ ਵੀ ਨਹੀਂ ਸ੍ਰੀ ਸਾਹਿਬ ਲਾ ਕੇ ਆਓ, ਆ ਕੱਲ੍ਹ ਦੀ ਗੱਲ ਆ, ਕੋਈ ਬੋਲਿਆ ਕੜਾ ਪਾ ਕੇ ਬੱਚਿਆਂ ਨੂੰ ਸਕੂਲ ਨਹੀਂ ਜਾਣ ਦਿੱਤਾ ਗਿਆ, ਇਹ ਬੋਲੇ ਇਹ ਨਹੀਂ ਬੋਲੇ। ਅੱਛਾ ਉਦੋਂ ਨਹੀਂ ਬੋਲਦੇ ਜਦੋਂ ਇੱਕ ਈਸਾਈ ਪਾਦਰੀ ਨੂੰ ਜਿੰਦਾ ਸਾੜ ਦਿੱਤਾ ਜਾਂਦਾ, ਉਦੋਂ ਇਹਨਾਂ ਦੀ ਜ਼ੁਬਾਨ ਨਹੀਂ ਕਿਸੇ ਦੀ ਖੁੱਲਦੀ, ਕਿਉਂ ਵਿਚਾਰਾ ਉਹ ਹਿੰਦੂ ਨਹੀਂ ਸੀ। ਗੱਲ ਫਿਰ ਕੋੜ ਮਿਲਾ ਕੇ ਉੱਥੇ ਆਉਂਦੀ ਹੈ ਵੀ ਗੱਲ ਕਰੋ ਨਿਆਂ ਦੀ, ਹਿੰਦੂ ਸਿੱਖ ਮੁਸਲਮਾਨ ਈਸਾਈ ਦੀ ਨਾ ਗੱਲ ਕਰੋ, ਜਿਹੜਾ ਬੰਦਾ ਗਲਤ ਆ ਕਾਨੂੰਨ ਦੇ ਨਾਲ ਇਹਨਾਂ ਨੂੰ ਇਨਸਾਫ਼ ਦਿੱਤਾ ਜਾਵੇ। ਪਰ ਮਾਫ਼ ਕਰਿਓ, ਆ ਜਿਹੜੇ ਅਖੌਤੀ ਲੀਡਰਸ ਬਣ ਜਾਂਦੇ ਨੇ, ਇਹ ਸਿਰਫ ਸਿਕਿਉਰਿਟੀਆਂ ਪਿੱਛੇ ਐਸੇ ਤੱਤੇ ਤੱਤੇ ਬਿਆਨ ਦਿੰਦੇ ਨੇ ਜਾਂ ਆਪਣੇ ਆਕਾਂ ਨੂੰ ਖੁਸ਼ ਕਰਨ ਵਾਸਤੇ, ਇਹ ਭਾਰਤ ਵਾਸਤੇ ਇੰਡੀਆ ਵਾਸਤੇ ਬੜੀ ਮੰਦਭਾਗੀ ਗੱਲ ਹੈ। ਭਾਰਦਵਾਜ ਸਾਹਿਬ, ਮੈਨੂੰ ਲੱਗਦਾ ਇਨਡਾਇਰੈਕਟਲੀ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ। ਨਹੀਂ, ਮੈਂ ਇਹਨਾਂ ਦੀ ਸਾਰੀ ਭਾਸ਼ਾ ਸਮਝਦਾ, ਇਹ ਕਿੰਨੀ ਨਫ਼ਰਤ ਕਰਦੇ ਆ ਹਿੰਦੂਆਂ ਦੇ ਨਾਲ, ਉਹ ਸਾਨੂੰ ਪਤਾ। ਕੋਈ ਜੇ ਹਿੰਦੂ ਆਪਣੀ ਕਿਤੇ ਗੱਲ ਕੋਈ ਕਰਨ ਦੀ ਕੋਸ਼ਿਸ਼ ਕਰੇ, ਇਹ ਕਹਿੰਦੇ ਵੀ ਹਿੰਦੂਆਂ ਨੂੰ ਤਾਂ ਕੋਈ ਹੱਕ ਹੀ ਨਹੀਂ ਹੈ, ਹਿੰਦੂ ਬੋਲ ਹੀ ਨਹੀਂ ਸਕਦਾ। ਇਹਨਾਂ ਨੇ ਬੜੀਆਂ ਗਿਣਤੀਆਂ ਕਰਾਈਆਂ, ਈਸਾਈ ਮਾਰਤਾ, ਘੱਟ ਗਿਣਤੀ ਦਾ ਮਾਰਤਾ, ਇਹਨਾਂ ਨੂੰ ਇੱਕ ਵਾਰ ਵੀ ਇਹਨਾਂ ਨੇ ਅੱਜ ਤੀਕਰ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਮਾਰੇ ਗਏ ਆ ਉਹਦੇ ਬਾਰੇ ਕਦੀ ਇਹਨਾਂ ਨੇ ਗੱਲ ਵਾ ਚੱਕੀ? ਜਿਸ ਤਰੀਕੇ ਨਾਲ ਗੱਲ ਕਰਦੇ ਪਏ ਆ, ਈਸਾਈ ਪਾਦਰੀ ਮਾਰਤਾ, ਸਾਡੇ ਹਿੰਦੂਆਂ ਦੇ ਵੱਡੇ ਵੱਡੇ ਜਿਹੜੇ ਸੰਤ ਸੀਗੇ ਉਹ ਇਹਨਾਂ ਨੇ ਮਾਰਤੇ। ਇਹ ਜਿਹੜੀ ਹੁਣ ਇਹ ਗੱਲ ਕਰਦੇ ਪਏ ਆ ਨਾ, ਮੈਨੂੰ ਸ਼ਰਮ ਆਉਂਦੀ ਇਹਨਾਂ ਦੀ ਗੱਲ ਸੁਣਦੇ ਹੋਏ ਵੀ ਇਹ ਫਿਰ ਉਹੀ ਗੱਲ ਘੁਮਾ ਘੁਮਾ ਕੇ ਘੱਟ ਗਿਣਤੀਆਂ ਦੀ ਗੱਲ ਕਿਉਂ ਕਰਦੇ ਆ? ਇਹ ਜਿਹੜੇ ਬਹੁ ਸੰਖਿਅਕ ਹਿੰਦੂ ਉਹਨਾਂ ਦੇ ਖਿਲਾਫ਼ ਭੜਕਾਉਂਦੇ ਪਏ ਆ। ਜੇ ਰਾਹੁਲ ਗਾਂਧੀ ਨੇ ਇਹ ਗੱਲ ਜਾ ਕੇ ਗੱਲ ਕੀਤੀ ਹੈ ਨਾ, ਉਹ ਕਹਿੰਦੇ ਪਏ ਆ ਜਿਵੇਂ ਇਹਨਾਂ ਦਾ ਬੰਦਾ ਕਹਿ ਰਿਹਾ ਕਾਂਗਰਸ ਦਾ ਵੀ ਰਾਹੁਲ ਗਾਂਧੀ ਨੇ ਤਾਂ ਉੱਥੇ ਜਾ ਕੇ ਘੱਟ ਗਿਣਤੀਆਂ ਦੀ ਗੱਲ ਕੀਤੀ ਹੈ, ਸਿੱਖਾਂ ਦੀ ਗੱਲ ਤਾਂ ਇੰਨੀ ਕੀਤੀ ਨਹੀਂ ਹੈ। ਇਹਦਾ ਮਕਸਦ ਸਿਰਫ ਇਹੀ ਹੈ ਕਿ ਵਰਲਡ ਦੇ ਵਿੱਚ ਸਾਰੇ ਇਕੱਠੇ ਹੋ ਕੇ ਘੱਟ ਗਿਣਤੀਆਂ ਨੂੰ ਭਾਰਤ ਦੇ ਖਿਲਾਫ਼ ਭੜਕਾਓ, ਹਿੰਦੂਆਂ ਦੇ ਖਿਲਾਫ਼ ਭੜਕਾ। ਇਹ ਕਹਿੰਦੇ ਵੀ ਹਿੰਦੂ ਕਦੀ ਹਿੰਦੂ ਦੀ ਗੱਲ ਕਿਉਂ ਕਰਦੇ ਹੋ? ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਦ ਵੀ ਕੋਈ ਐਸੀ ਐਜੀਟੇਸ਼ਨ ਹੁੰਦੀ ਹੈ, ਹਿੰਦੂਆਂ ਦੀਆਂ ਦੁਕਾਨਾਂ ਨੂੰ ਅੱਗਾਂ ਲਾਈਆਂ ਜਾਂਦੀਆਂ, ਹਿੰਦੂਆਂ ਦੇ ਘਰਾਂ ਨੂੰ ਅੱਗਾਂ ਲਾਈਆਂ ਜਾਂਦੀਆਂ, ਹਿੰਦੂਆਂ ਦੇ ਜਿੰਨੇ ਵੀ ਇਸਟੈਬਲਿਸ਼ਮੈਂਟ ਹੈ ਮੰਦਰਾਂ ਦੇ ਉੱਤੇ ਅਟੈਕ ਕੀਤੇ ਜਾਂਦੇ, ਇਹ ਕੌਣ ਕਰਦਾ? ਇਹ ਘੱਟ ਗਿਣਤੀਆਂ ਵਾਲੇ ਕਰਦੇ ਆ, ਕੋਈ ਦੂਸਰੀ ਗਿਣਤੀ ਵਾਲਾ ਬੰਦਾ ਨਹੀਂ ਕਰਦਾ, ਚਾਹੇ ਉਹ ਘੱਟ ਗਿਣਤੀ ਦਾ ਮੁਸਲਮਾਨ ਕਹਿ ਲਓ, ਚਾਹੇ ਘੱਟ ਗਿਣਤੀ ਦਾ ਪੰਜਾਬ 'ਚ ਦੇਖ ਲਓ। ਇਹ ਗੱਲ ਕਰਦੇ ਪਏ ਸੀਗੇ ਜੀ ਮੁੰਡੇ, ਠੀਕ ਹੈ ਚਲੋ ਆਪਾਂ ਕੰਕਲੂਜਨ ਵਾਲੇ ਪਾਸੇ ਕੰਕਲੂਡ ਕਰੀਏ ਇਸ ਚਰਚਾ ਨੂੰ। ਭਾਰਦਵਾਜ ਸਾਹਿਬ ਇੱਕ ਛੋਟੇ ਜਿਹੇ ਸਟੇਟਮੈਂਟ ਦਿਓ, ਕਹਿੰਦੇ ਤੁਸੀਂ ਹਿੰਦੂ ਹਿੰਦੂ ਕਰਦੇ ਹੋ, ਤੁਸੀਂ ਪੰਜਾਬ ਪੰਜਾਬ ਕਰੋ ਨਾ, ਤੁਸੀਂ ਕਰਨੀ ਹਿੰਦੂ ਗੱਲ।
ਨਹੀਂ ਨਹੀਂ ਪੰਜਾਬ ਮੈਂ ਪੰਜਾਬ ਦੀ ਗੱਲ ਕਰਨਾ, ਮੇਰੇ ਸਾਡੇ ਨਾਲ ਇੱਥੇ ਵਿਤਕਰਾ ਜਿੱਦਾਂ ਹੋਇਆ, ਸਾਡੇ ਬੰਦੇ ਮਾਰੇ ਗਏ ਪੰਜਾਬ ਚ, ਕਾਹਦੇ ਵਾਸਤੇ ਮਾਰੇ ਗਏ ਸੀ ਬੰਦੇ? ਹਿੰਦੂ ਬੰਦੇ ਮਾਰੇ ਗਏ ਸੀਗੇ, ਅਸੀਂ ਹਿੰਦੂਆਂ ਦੀ ਗੱਲ ਕਰਨੀ ਹੈ, ਹਿੰਦੂਆਂ ਦੀ ਗੱਲ ਕਰਨੀ ਉਹਨੇ, ਇਹ ਜਿਵੇਂ ਗੱਲ ਕਰਦੇ ਪਏ ਆ, ਇਹਨਾਂ ਨੇ ਅੱਜ ਤੀਕਰ ਚਾਹੇ ਕਾਂਗਰਸ ਕਹਿ ਲਓ ਚਾਹੇ ਅਕਾਲੀ ਕਹਿ ਲਓ ਕੋਈ ਵੀ ਕਹਿ ਲਓ, ਇਹ ਹਿੰਦੂ ਦੀ ਗੱਲ ਨਹੀਂ ਕਰਦੇ, ਗੱਲ ਕਰਨਗੇ ਘੁਮਾ ਫਰਾ ਕੇ ਮਨੋਰਟੀਜ਼ ਦੀ, ਤੇ ਮਨੋਰਟੀਜ਼ ਦੀ ਅਗਰ ਕੱਲੇ ਮਨੋਰਟੀਜ਼ ਦੀ ਗੱਲ ਕਰੇਗੇ ਤੇ ਮੈਜੋਰਟੀ ਦੀ ਗੱਲ ਕਿਹਨੇ ਕਰਨੀ ਹੈ? ਮੈਜੋਰਟੀ ਦੀ ਗੱਲ ਅਸੀਂ ਗੱਲ ਕਰਨੀ ਹੈ ਨਾ ਫਿਰ, ਸਾਨੂੰ ਹੱਕ ਨਹੀਂ ਮੈਜੋਰਟੀ ਆਪਣੀ ਗੱਲ ਕਰਨ ਦਾ? ਸ਼ਾਂਤੀ ਲੈ ਕੇ ਆਏ ਸੀ ਜਦੋਂ ਤੁਸੀਂ ਕਹਿੰਦੇ ਮਨੋਰਟੀ ਉੱਤੇ ਹਮਲੇ ਹੋ ਰਹੇ ਸੀ, ਉਦੋਂ ਕਾਂਗਰਸ ਨੇ ਸ਼ਾਂਤੀ ਲਿਆਂਦੀ ਸੀ, ਜੇ ਅੱਜ ਕਾਂਗਰਸ ਨਾ ਹੁੰਦੀ ਹਿੰਦੂ ਤੇ ਮਿਨੋਰਟੀ ਤੋਂ ਜਿਹੜੇ ਤੁਹਾਡੇ ਹਮਲੇ ਹੁੰਦੇ ਸੀ ਉਹ ਅਸੀਂ ਸਾਡੇ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਜਵਾਨ, ਸਾਡੇ ਕਾਂਗਰਸ ਦੇ ਲੀਡਰ ਸ਼ਹੀਦ ਹੋਏ ਤੇ ਅੱਜ ਆਜ਼ਾਦੀ ਮਿਲੀ, ਅੱਜ ਸੁੱਖ ਨਾਲ ਜੀ ਰਹੇ ਦੇ, ਅੱਜ ਐਸਾ ਮਾਹੌਲ ਸੀ ਪੰਜਾਬ ਦੇ ਵਿੱਚ, ਮਾਫ਼ ਕਰਿਓ ਮੈਂ ਕਿਹੜਾ ਨਹੀਂ ਸੀ ਚਾਹੁੰਦਾ, ਪਰ ਤੁਸੀਂ ਮੈਨੂੰ ਮਜਬੂਰ ਕੀਤਾ, ਜਦੋਂ 84 ਦੇ ਵਿੱਚ ਉਦੋਂ ਐਸਾ ਮਾਹੌਲ ਸੀ, ਉਦੋਂ ਕੀ ਮਾਹੌਲ ਸੀ? ਭਾਰਦਵਾਜ ਸਾਹਿਬ ਤੁਸੀਂ ਕਹਿੰਦੇ ਹੋ ਮਾਰਨ ਦਾ, ਤੁਸੀਂ ਕਾਂਗਰਸ ਦੇ ਬੰਦੇ ਸੀਗੇ ਜਿਹਨਾਂ ਨੇ ਸਿੱਖਾਂ ਨੂੰ ਮਾਰਿਆ ਸੀਗਾ 84 ਦੇ ਦੰਗਿਆਂ ਦੇ ਵਿੱਚ, ਕੱਢ ਕੱਢ ਕੇ ਤੁਸੀਂ ਬੰਦੇ ਸੀਗੇ, ਤੁਸੀਂ ਸਿੱਖਾਂ ਨੂੰ ਮਾਰਿਆ ਸੀਗਾ, ਲੋਕਾਂ ਨੇ ਅੱਜ ਟੀਵੀ ਤੇ ਵੀ ਦੇਖ ਰਹੇ ਨੇ ਔਰ ਇਸ ਨੂੰ ਯੂਟਿਊਬ ਤੇ ਵੀ ਦੇਖਣਾ, ਜਿਹੜੀ ਬਿਲਕੁਲ ਸਾਡੀ ਨੈਕਸਟ ਜਨਰੇਸ਼ਨ ਹੈ, ਜਿਹੜੇ ਟੀਨੇਜਰਸ ਨੇ ਉਹਨਾਂ ਦੇ ਤੱਕ ਅਸੀਂ ਕੋਈ ਗਲਤ ਮੈਸੇਜ ਨਾ ਭੇਜੀਏ ਸਰ। ਬੜੇ ਬੜਾ ਔਖਾ ਮਾਹੌਲ ਪੰਜਾਬ ਦਾ ਠੀਕ ਹੋਇਆ, ਕਈ ਵਾਰੀ ਕੋਈ ਟ੍ਰਿਗਰ ਪੁਆਇੰਟ ਹੋ ਜਾਂਦਾ। ਭਾਰਤ ਦੀ ਗੱਲ ਕਰੋ, ਪੰਜਾਬ ਦੀ ਗੱਲ ਕਰੋ, ਠੀਕ ਹੈ ਚਲੋ ਮੈਂ ਚਰਚਾ ਨੂੰ ਕੰਕਲੂਡ ਕਰਨ ਵਾਲੇ ਪਾਸੇ ਵਧਦਾ, ਮੈਂ ਇੱਕ ਕੌਮ ਦੀ ਗੱਲ ਕਰੋ, ਸਾਰੇ ਪੰਜਾਬ ਦੀ ਗੱਲ ਕਰੋ, ਆਪਸੀ ਭਾਈਚਾਰੇ ਦੀ ਗੱਲ ਕਰੋ, ਪਿਆਰ ਦੀ ਗੱਲ ਤੇ ਕਰੀਏ, ਤੁਸੀਂ ਉਹ ਗੱਲ ਕਰਨਾ ਨਹੀਂ ਚਾਹੁੰਦੇ, ਭਾਈਚਾਰੇ ਦੀ ਗੱਲ ਨਹੀਂ ਕਰਦੇ, ਤੁਸੀਂ ਮਨੋਟੀ ਚਾਹੁੰਦੇ, ਤੁਸੀਂ ਮਨੋਟੀ ਦੀ ਗੱਲ ਕਰਦੇ ਹੋ, ਮਨੋਟੀ ਦੀ ਮਾਹੌਲ ਨੂੰ ਸਿਰਫ ਭਾਈਚਾਰੇ ਦੀ ਗੱਲ ਕਰਨੀ, ਠੀਕ ਹੈ ਚਲੋ ਛੋੜੇ ਛੋੜੇ ਹੋਰ ਦੀ ਗੱਲ ਵੀ ਕਰੋ, ਸਮਾਂ ਹਿੰਦੂਆਂ ਦੀ, ਸਾਰੇ ਧਰਮਾਂ ਦੀ ਗੱਲ ਕਰਦਾ, ਮਨੋਟੀ ਦੀ ਗੱਲ ਕਰਦਾ, ਸਾਰੇ ਧਰਮਾਂ ਦੀ ਗੱਲ ਕਰਦਾ, ਸਜੇ ਨਹੀਂ ਕਰਦੇ ਸਾਹਿਬ, ਮੈਨੂੰ ਇਹ ਗੱਲ ਦੇ ਭਾਈਚਾਰੇ, ਥੋੜੇ ਰੁਕੇ, ਸਾਰੇ ਕਿੱਥੇ ਬੋਲਾਂਗੇ, ਆਵਾਜ਼ ਨਹੀਂ ਜਾਈ, ਸਾਡਾ ਕਤਲੇਆਮ ਕਾਂਗਰਸੀ ਨੇ ਕੀਤਾ, ਮੰਨਦਿਆਂ ਕੀਤਾ, ਸਾਰਾ ਕੁਝ ਹੋਇਆ, ਸਾਰਿਆਂ ਨੇ ਕੀਤਾ, ਚੀਫ ਮਿਨਿਸਟਰ ਨੇ ਵੀ ਕੀਤਾ, ਪ੍ਰਧਾਨ ਮੰਤਰੀ ਨੇ ਵੀ ਕੀਤਾ, ਫੌਜ ਦੇ ਜਰਨੈਲ ਨੇ ਕੀਤਾ, ਪੁਲਿਸ ਨੇ ਕੀਤਾ, ਉਹ ਲੜਾਈ ਦੇ ਵਿੱਚ ਉਹਨਾਂ ਦਾ ਵੀ ਨੁਕਸਾਨ ਹੋਇਆ, ਸਾਡਾ ਵੀ ਹੋਇਆ, ਉਹਦੇ ਵਿੱਚ ਜਸਟਿਸ ਤੁਸੀਂ ਵੀ ਨਹੀਂ ਦਿੱਤਾ, ਉਹਨਾਂ ਨੇ ਵੀ ਨਹੀਂ ਦਿੱਤਾ। ਹਾਂ, ਜਿਹੜਾ ਉਹਨਾਂ ਨੇ ਅਟੈਕ ਕੀਤਾ ਸੀਗਾ ਉਹਦੇ ਵਿੱਚ ਕਹਿੰਦੇ ਤੁਹਾਡੀ ਕਿਤਾਬ, ਤੁਹਾਡੇ ਲੀਡਰ ਨੇ ਐਲ ਕੇ ਅਡਵਾਨੀ, ਲਾਲ ਕ੍ਰਿਸ਼ਨ ਅਡਵਾਨੀ ਜੀ ਨੇ, ਡਿਪਟੀ ਪ੍ਰਧਾਨ ਮੰਤਰੀ ਨੇ, ਗ੍ਰਹਿ ਮੰਤਰੀ ਵੀ ਰਹਿ ਚੁੱਕੇ ਆ, ਉਹ ਕਹਿੰਦਾ ਮਾਈ ਕੰਟਰੀ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਉਹਨੇ ਇੱਕ ਬੁੱਕ ਹੈ ਉਹਦੇ ਵਿੱਚ ਲਿਖਿਆ ਵੀ ਅਸੀਂ ਨੇ ਕਰਵਾਇਆ ਸੀ, ਸਾਨੂੰ ਵੀ ਤਾਂ ਮੈਂਡੇਟ ਮਿਲਣਾ ਚਾਹੀਦਾ, ਸਾਨੂੰ ਵੀ ਕ੍ਰੈਡਿਟ ਮਿਲਣਾ ਚਾਹੀਦਾ, ਤੁਸੀਂ ਤਾਂ ਆਪ ਕਰਵਾਉਣ ਵਾਲੇ ਹੋ, ਤੁਸੀਂ ਤਾਂ ਆਪ ਕਰਵਾਉਣ ਵਾਲੇ, ਤੁਸੀਂ ਸਾਨੂੰ ਤਾਂ ਕਿਸੇ ਤੋਂ ਨਹੀਂ ਮਿਲਿਆ, ਜਿਲ੍ਹਾ ਲੈਵਲ ਤੇ ਸਰਕਾਰ ਤੁਹਾਡੀ, ਏਜੰਸੀਆਂ ਤੁਹਾਡੀਆਂ, ਡਿਸਟ੍ਰਿਕਟ ਹਰ ਡਿਸਟ੍ਰਿਕਟ ਹੈਡਕੁਆਟਰ ਤੋਂ ਲਓ ਡਾਟਾ ਕੱਢੋ, ਪੰਜਾਬ ਦੇ 12 ਪੁਰਾਣੇ ਤਾਂ ਜ਼ਿਲ੍ਹੇ 12 ਹੀ ਨੇ, ਹੁਣ ਤਾਂ 23-24 ਹੋ ਗਏ ਨੇ, ਤੁਸੀਂ ਕਿਉਂ ਡਾਟੇ ਕਿਉਂ ਨਹੀਂ ਪੇਸ਼ ਕੀਤੇ? ਵੀ ਠੀਕ ਹੈ ਚਲੋ, ਕੰਕਲੂਡ ਕਰੋ, 60,000 ਬੰਦੇ ਡਾਟਾ ਹੈ, ਫਾਈਨਲ ਸਟੇਟਮੈਂਟ ਨਹੀਂ, ਤੁਹਾਡੇ ਕੋਲ 60,000 ਬੰਦੇ ਡਾਟਾ ਹੈ? ਮੈਂ ਕਹਿੰਦਾ ਜੀ ਸਾਡੇ ਕੋਲ 60,000 ਬੰਦੇ, ਹਰ ਪਿੰਡ ਦੇ ਵਿੱਚੋਂ 4-4 5-5 ਮੁੰਡੇ ਮਾਰੇ ਨੇ, ਮੈਂ 20 ਬੰਦੇ ਮੈਂ ਆਪਦੇ ਨਾਂ ਦੇ ਗਿਣਾ ਸਕਦਾ ਜਿਹੜੇ ਸ਼ਹੀਦ ਹੋਏ ਨੇ, ਮੈਂ ਹੁਣੇ ਗਿਣਾਉਣਾ, ਮੈਂ ਹੁਣ ਗਿਣਾਉਣਾ ਜੀ, ਹਰੇਕ ਪਿੰਡ ਦੇ ਮਾਰੇ ਨੇ, ਹਰੇਕ ਪਿੰਡ ਦੇ ਵਿੱਚੋਂ 26 ਦੇ ਬਾਅਦ ਨਾਲ ਮਾਰੇ ਨੇ,
ਕਿਹੜੇ ਪਿੰਡ ਚੋਂ ਬੋਲੋ, ਕਿਹੜੇ ਪਿੰਡ ਚੋਂ ਕਲਾਵਾਂ, ਮੈਂ ਸੰਗਰੂਰ ਜ਼ਿਲ੍ਹੇ ਦੇ ਭਗਵੰਤ ਮਾਨ ਤੇ ਅਸੀਂ ਕੰਨੇ ਫੜੇ ਗਏ ਸੀਗੇ। ਆ ਸੀਐਮ ਨੂੰ ਵੀ ਪਤਾ ਵੀ ਇਹਦੇ ਪਿੰਡ ਦੇ ਬੰਦੇ ਦੋ ਮਾਰੇ ਗਏ ਨੇ, ਤਿੰਨ ਮਾਰੇ ਗਏ ਨੇ, ਨਾਲ ਦੇ ਮਾਰੇ ਗਏ ਨੇ। ਨਹੀਂ ਠੀਕ ਹੈ ਗੋਪਾਲ ਜੀ, ਪਹਿਲਾਂ ਕੰਨੇ ਫੜੇ ਹੋਏ ਸੀਗੇ। ਨਹੀਂ ਮਤਲਬ ਕੀ ਹੈ ਕਿ ਹਰ ਪਿੰਡ ਦੇ ਇਸੇ ਤਰੀਕੇ ਨਾਲ ਜਾਊਗਾ? ਮਾਨ ਨੂੰ ਪੁੱਛ ਲਓ ਜੇ 12000 13000 ਪਿੰਡਾਂ ਤੇ 60000 ਲੋਕ ਕਿੱਥੇ ਇਨਸਾਫ ਦਿੱਤਾ ਹੈ? ਤੁਸੀਂ ਸਿੱਖਾਂ ਦੇ ਖਿਲਾਫ ਠੀਕ ਹੈ, ਚਲੋ ਚੰਨੀ ਜੀ ਛੋਟੀ ਸਟੇਟਮੈਂਟ ਦੋ ਸਕਦੇ ਨੂੰ ਕਨਕਲੂਡ ਕਰਨਾ ਹੋਏਗਾ ਮੈਨੂੰ। ਠੀਕ ਹੈ ਗੋਪਾਲ ਜੀ, ਤੁਹਾਡੀ ਗੱਲ ਆ, ਕਿਹੜਾ ਖਿਲਾਫ ਕੀਤਾ ਤੁਸੀਂ ਨੇ? ਤੁਹਾਡੀ ਗੱਲ ਆ, ਤੁਸੀਂ ਜਹਿਰ ਉਗਲ ਰਹੇ ਹੋ। ਗੋਪਾਲ ਜੀ, ਗੋਪਾਲ ਸਿੱਧੂ ਜੀ, ਲੋਕਾਂ ਤੱਕ ਗੱਲ ਪਹੁੰਚਦੀ ਹੈ, ਇਹ ਤੁਹਾਡੀ ਬਾਤ ਤੋਂ ਪਤਾ ਲੱਗਦਾ ਜਹਿਰ ਕੋ ਨੂੰ ਗੱਲਦਾ ਪਿਆ। ਠੀਕ ਹੈ ਚੰਨੀ ਸਾਹਿਬ, ਚੰਨੀ ਸਾਹਿਬ ਬਹੁਤ ਛੋਟੀ ਸਟੇਟਮੈਂਟ ਮੈਂ ਕਨਕਲੂਡ ਕਰੂੰਗਾ। ਚੰਨੀ ਜੀ ਦੇਖੋ, ਸਟੇਟਮੈਂਟ ਤੋਂ ਹੀ ਗੱਲ ਤੁਰੀ ਸੀ, ਪਰ ਇੱਥੇ ਵੀ ਬਹੁਤ ਸਾਰੀਆਂ ਸਟੇਟਮੈਂਟਸ ਆ ਗਈਆਂ। ਫਿਰ ਗੱਲ ਘੁੰਮ ਫਿਰ ਕੇ ਮੈਂ ਉੱਥੇ ਆ ਰਿਹਾ ਕਿ ਵਾਕਈ ਹੀ ਕੋਈ ਨੋਮ ਇਸ ਤਰੀਕੇ ਦਾ ਬਣ ਸਕਦਾ ਪੋਲੀਟੀਕਲ ਪਾਰਟੀਆਂ 'ਚ ਕਿ ਕੋਈ ਸਟੇਟਮੈਂਟ ਦੇਵੇ ਹੀ ਨਾ, ਕਿਉਂਕਿ ਕਈ ਵਾਰ ਬਹੁਤ ਦੇਰ ਹੋ ਜਾਂਦੀ ਹੈ। ਪਿਛਲੇ ਕੁਝ ਸਮੇਂ 'ਚ ਸਟੇਟਮੈਂਟਸ ਆਈਆਂ ਜਿਹੜੀਆਂ ਬਾਅਦ ਦੇ ਵਿੱਚ ਡਿਫੈਂਡ ਕਰਨੀਆਂ ਔਖੀਆਂ ਹੋ ਗਈਆਂ ਪਾਰਟੀਆਂ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸੀਗਾ ਕਿ ਸਾਨੂੰ ਅਤੀਤ ਦੇ ਵਿੱਚੋਂ ਨਿਕਲਣਾ ਚਾਹੀਦਾ। ਪੰਜਾਬ ਦੇ ਵਿੱਚ ਬਹੁਤ ਨੁਕਸਾਨ ਹੋਇਆ, ਸਿੱਖਾਂ ਦਾ ਵੀ ਹੋਇਆ, ਹਿੰਦੂਆਂ ਦਾ ਵੀ ਹੋਇਆ, ਔਰ ਬੜਾ ਸਿਰੇ ਤੱਕ ਦਾ ਨੁਕਸਾਨ ਹੋ ਗਿਆ। ਸਾਡੇ ਪ੍ਰਾਈਮ ਮਿਨਿਸਟਰ ਨੂੰ ਵੀ ਮਾਰਿਆ ਗਿਆ, ਇੱਕ ਦੂਜਾ ਵੀ ਆਪਣਾ, ਦੋ ਤਾਂ ਇਸ ਪਰਿਵਾਰ ਦੇ ਹੀ ਗਏ। ਮੈਂ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਅਤੀਤ ਚੋਂ ਨਿਕਲ ਕੇ ਕਿਸੇ ਜਾਤੀ ਦੀ, ਕਿਸੇ ਧਰਮ ਦੀ ਗੱਲ ਨਹੀਂ ਕਰਨੀ ਚਾਹੀਦੀ। ਜੇ ਚਾਹੇ ਕੋਈ ਬੰਦਾ ਮਾਇਨੋਰਟੀ ਦਾ ਹੈ, ਚਾਹੇ ਕੋਈ ਮੈਜੋਰਟੀ ਦਾ ਹੈ, ਉਹਦੀਆਂ ਹਿਊਮਨ ਜਿਹੜੀਆਂ ਵੈਲਿਊਜ਼ ਨੇ, ਜਿਹੜੇ ਉਹਦੇ ਹਿਊਮਨ ਰਾਈਟਸ ਨੇ, ਉਹਨਾਂ ਨੂੰ ਸਾਨੂੰ ਤੈਸ਼ ਤੈਸ਼ ਨਹੀਂ ਕਰਨਾ ਚਾਹੀਦਾ। ਔਰ ਜਿਹੜੀਆਂ ਇਹ ਫੋਕੀਆਂ ਝੂਠੀਆਂ ਫੇਕ ਨਿਊਜ਼ ਨੇ, ਜਿਹੜੀਆਂ ਬੋਲਬਾਣੀ ਹੈਗੀ ਹੈ, ਇਹਦੇ ਤੋਂ ਇਹ ਮੈਚਿਓਰ ਲੀਡਰਸ਼ਿਪ ਦਾ ਇੱਕੋ ਹੀ ਸਾਡੇ ਤੇ ਬਾਹਰ ਉਹ ਕੀ ਫਰਕ ਹੈਗਾ ਕਿ ਉਹ ਬਹੁਤ ਗਿਣ ਮਿਣ ਕੇ ਗੱਲ ਕਰਦੇ ਆ, ਮੁੱਦੇ ਦੀ ਗੱਲ ਕਰਦੇ ਆ, ਡਿਵੈਲਪਮੈਂਟ ਦੀ ਗੱਲ ਕਰਦੇ ਆ, ਕਾਸਟਿਜ਼ਮ ਦੀ ਗੱਲ ਨਹੀਂ ਕਰਦੇ, ਵਾਇਲੈਂਸ ਦੀ ਗੱਲ ਨਹੀਂ ਕਰਦੇ, ਸੈਪਰੇਸ਼ਨ ਦੀ ਗੱਲ ਨਹੀਂ ਕਰਦੇ, ਦੇਸ਼ ਦੀ ਜਿਹੜੀ ਯੂਨਿਟੀ ਇੰਟੈਗ੍ਰਿਟੀ ਉਹਨੂੰ ਬਚਾ ਕੇ ਰੱਖਦੇ ਨੇ, ਤੇ ਸਾਨੂੰ ਵੀ ਇਹ ਗੱਲਾਂ ਦੀ ਪਾਲਣਾ ਕਰਨੀ। ਚਲੋ ਹੋਪਫੁਲੀ ਸਰ ਧਿਆਨ ਰੱਖਣਗੀਆਂ ਪੋਲੀਟੀਕਲ ਪਾਰਟੀਆਂ ਤੇ ਸਪੈਸ਼ਲੀ ਉਹਨਾਂ ਦੇ ਲੀਡਰਸ, ਉਹ ਚਾਹੇ ਕਿਸੇ ਵੀ ਲੈਵਲ ਦੇ ਹੋਣ, ਕੋਈ ਬਹੁਤ ਵੱਡਾ ਲੀਡਰ ਹੋਵੇ ਜਾਂ ਬਿਲਕੁਲ ਕੋਈ ਪਾਰਟੀ ਦਾ ਵਰਕਰ ਹੋਵੇ, ਜਦੋਂ ਸਟੇਟਮੈਂਟ ਦਿੱਤੀ ਜਾਂਦੀ ਹੈ ਤਾਂ ਫਿਰ ਇੱਕ ਅਲੱਗ ਤਰੀਕੇ ਨਾਲ ਉਸਨੂੰ ਦੇਖਿਆ ਜਾਂਦਾ ਹੈ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ।